ਸਾਡੇ ਲਈ ਛੁਰੇ ਲੈ ਕੇ ਖੜੇ ਹੁੰਦੇ ਸਨ। ਤੇ ਅਸੀਂ ਕੋਈ ਸੌ ਸੌ ਬੰਦਾ ਜਿਹੜੇ ਸਾਂ, ਅਸੀਂ ਤਰਲਾ ਮਿੰਤ ਕਰਕੇ ਉਹਨਾਂ ਤੋਂ ਨਿਕਲਦੇ ਸਾਂ। ਜਿਹੜਾ ਕੋਈ ਸਾਡੇ ਤੋਂ ਨਿਕਲਦੇ ਸਾਂ, ਜਿਹੜਾ ਕੋਈ ਸਾਡੇ ਤੋਂ ਦੂਰ ਥੋੜ੍ਹਾ ਜਿਹਾ 10 ਕਰੋ ਦੂਰ ਹੋ ਜਾਂਦਾ ਸੀ, ਉਹਨੂੰ ਛੁਰਾ ਮਾਰ ਕੇ ਉਹ ਮਾਰ ਛੱਡਦੇ ਸਨ। ਕੋਈ ਅਸਾਂ ਕੁਛ ਨਹੀਂ ਪੜਿਆ। ਅੱਛਾ, ਅਸੀਂ ਉਸੇ ਤਰ੍ਹਾਂ ਹੀ ਗੱਲ ਦੇ ਜਿਹੜੇ ਕੱਪੜੇ ਨੇ ਉਹ ਲੈ ਕੇ ਭੱਜੇ। ਜਿਹੜੇ ਸਾਡੇ ਵਡੇਰੇ ਮਾਂ ਪਿਓ, ਜਿਹੜੇ ਸਾਡੇ ਤਾਏ ਚਾਚੇ ਰਹਿ ਗਏ ਸਨ, ਉਹਨਾਂ ਨੂੰ ਉਹਨਾਂ ਵੱਢ ਛੱਡਿਆ। ਹਾਂ, ਤੇ ਜਿਹੜੇ ਸਾਡੇ ਅੱਖੀ ਦੇ ਸਾਹਮਣੇ ਬੜੀਚੇ ਨੇ। ਅੱਛਾ, ਅਸੀਂ ਫਿਰ ਉਹਨਾਂ ਨੂੰ ਜਦੋਂ ਬੜੀਚੇ ਵੇਖਿਆ ਹੈ, ਅਸੀਂ ਉੱਥੋਂ ਭੱਜ ਕੇ ਤੇ ਕੜਿਆਲ ਆ ਗਏ ਹਾਂ ਤੁਹਾਨੂੰ ਪਹੁੰਚਾਈਏ। ਉਹਨਾਂ ਛੋਟੀਆਂ ਕੁੜੀਆਂ ਨੇ ਆਖਿਆ ਵੀ ਸਾਡਾ ਮਾਂ ਪਿਓ ਸਾਡਾ ਸਾਰਾ ਮਾਰ ਕੇ ਪਰਿਵਾਰ ਤੇ ਸਾਨੂੰ ਲਈ ਜਾਂਦੇ ਸਨ ਆਪਣੇ ਘਰ ਰੱਖਣ ਵਾਸਤੇ। ਫਿਰ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਤੁਰੇ ਜਾਣ ਮੁਸਾਫਰ ਉਜੜੇ ਵੇਖ ਹਵਾਵਾਂ ਰੋਈਆਂ ਸੀ, ਕਿੰਜ ਪਾਏ ਕੀਰਨੇ ਭੈਣਾਂ ਨੇ ਕਿੰਜ ਮਾਵਾਂ ਰੋਈਆਂ ਸੀ, ਕਿੰਜ ਪਾਏ ਕੀਰਨੇ ਭੈਣਾਂ ਨੇ ਕਿੰਜ ਮਾਵਾਂ ਰੋਈਆਂ ਸੀ। ਹੋਏ ਅੱਜ ਰੋਪਿਆ ਬਾਪੂ ਦੱਸਦਾ ਦੱਸਦਾ ਆਪਣੀ ਦਰਦ ਕਹਾਣੀ, ਉਹਨੂੰ ਯਾਦ ਆ ਗਿਆ ਗੁਜਰਾਂ ਵਾਲਾ ਤੇ ਚੇਤੇ ਆ ਗਏ ਹਾਣੀ। ਅੱਜ ਰੋਪਿਆ ਬਾਪੂ ਦੱਸਦਾ ਦੱਸਦਾ ਆਪਣੀ ਦਰਦ ਕਹਾਣੀ, ਉਹਨੂੰ ਯਾਦ ਆ ਗਿਆ ਗੁਜਰਾਂ ਵਾਲਾ ਤੇ ਚੇਤੇ ਆ ਗਏ ਹਾਣੀ। ਹੋ ਪਿੰਡ ਗਰਮੂਲੇ ਵਿੱਚ ਵਸਣ ਦੀਆਂ, ਪਿੰਡ ਗਰਮੂਲੇ ਵਿੱਚ ਵਸਣ ਦੀਆਂ ਇੱਛਾਵਾਂ ਰੋਈਆਂ ਸੀ, ਕਿੰਜ ਪਾਏ ਕੀਰਨੇ ਭੈਣਾਂ ਨੇ ਕਿੰਜ ਮਾਵਾਂ ਰੋਈਆਂ ਸੀ, ਕਿੰਜ ਪਾਏ ਕੀਰਨੇ ਭੈਣਾਂ ਨੇ ਕਿੰਜ ਮਾਵਾਂ ਰੋਈਆਂ ਸੀ। ਹੋ ਗਲੀਆਂ ਦੇ ਵਿੱਚ ਮੌਤ ਸੀ ਨੱਚਦੀ। ਜਿਹੜਾ ਚੇਲਿਆਂ ਵਾਲਾ ਖੂਹ ਕਿਹੜੀ ਸਾਈਡ ਤੇ ਆ? ਚੇਲਿਆਂ ਵਾਲਾ ਖੂਹ ਆ ਜਾਂਦੇ ਪਾਸੇ, ਉਧਰ ਚਲਾ ਜਾਵਾਂ। ਸਕੂਲ ਪੁਰਾਣਾ ਕਿਹੜਾ ਸੀ? ਸਕੂਲ ਜਿਹੜਾ ਨਾਲ ਹੈ, ਠੀਕ ਹੋ ਗਿਆ। ਇਹਨਾਂ ਦੇ ਘਰ ਕਿਹੜੀ ਸਾਈਡ ਤੇ ਸਨ? ਫੀਲੇ ਗਏ ਪੱਤੀ ਦੇ ਪਾਸੇ ਗਰਮੂਲਾ ਵਿਰਕਾਂ ਦਾ ਪੁਰਾਣਾ ਸਕੂਲ, ਲੇਕਿਨ ਹੁਣ ਗਰਲਸ ਦਾ ਹੋ ਗਿਆ। ਪਹਿਲੇ ਇੱਥੇ ਬੋਆਏ ਪੜ੍ਹਦੇ ਸੀ। ਇਹ ਜੀ ਹੈ ਜਿਹੜੇ ਤੁਹਾਨੂੰ ਕੋਠੇ ਨਜ਼ਰ ਆ ਰਹੇ ਨੇ, ਇੱਥੇ ਸੀ ਚੇਲਿਆਂ ਵਾਲਾ ਖੂਹ। ਅਸੀਂ ਪਿੰਡ ਦੀ ਲਹਿੰਦੀ ਸਾਈਡ 'ਤੇ ਹਾਂ, ਘੜਿਆਲ ਰੋਡ ਦੇ ਉੱਤੇ। ਅਤੇ ਇਹ ਗਰਮੂਲਾ ਵਿਰਕਾਂ, ਅਤੇ ਇਹ ਵਾਲਾ ਜਿਹੜਾ ਡੇਰਾ ਹੈ, ਇਹ ਜੀ ਛਿੰਬਿਆਂ ਵਾਲਾ ਡੇਰਾ। ਇੱਥੇ ਖੂਹ ਸੀ ਛਿੰਬਿਆਂ ਵਾਲਾ। ਇਹ ਛਿੰਬਿਆਂ ਵਾਲਾ ਖੂਹ ਹੈ। ਅੱਛਾ ਜੀ, ਇਹ ਪੁਰਾਣਾ ਜੀ, ਇਹ ਕੋਠਾ ਸਿੱਖਾਂ ਦੇ ਵੇਲੇ ਦਾ ਬਣਿਆ। ਇਹ ਜੀ ਪੁਰਾਣਾ ਡੇਰਾ ਹੈ ਜੀ, ਉਹਦਾ ਕੋਠਾ। ਲੱਕੜਾਂ ਲੁੱਕੜਾਂ ਛੱਤਾਂ ਛੁੱਤਾਂ ਪੁਰਾਣੀਆਂ ਨੇ। 70 ਸਾਲ ਹੋ ਗਏ ਜੀ, 70-71 ਸਾਲ ਉਸ ਤੋਂ ਪਹਿਲਾਂ ਦਾ ਬਣਿਆ। ਪੱਕੀ ਸਿੱਖਾਂ ਦੀ ਬਣੀ ਹੋਈ ਉਸ ਵੇਲੇ ਜਦੋਂ ਲੱਕੜ ਦਾ ਡੈਂਪਰ ਵੀ ਬੋਰਡ ਪੁਰਾਣਾ ਹੀ ਹੈ।
ਅੱਛਾ ਸਾਰੀ ਜਗ੍ਹਾ ਤੇ ਡੇਰਾ ਸੀ? ਹਾਂ ਜੀ ਡੇਰਾ ਸੀ, ਚੱਲਦਾ ਸੀ ਤੇ ਹੁਣ ਇੱਥੇ ਆਬਾਦੀ ਹੋ ਗਈ ਹੈ। ਆਬਾਦੀ ਹੋ ਗਈ ਨਾਲ। ਦੇਖੋ ਜੀ ਪਿੰਡ ਦੀ ਸਕਾਫਤ ਪਾਥੀਆਂ ਆ ਜੀ। ਪਿੰਡ ਦਾ ਫਿਰ ਕੰਮ ਜੀ, ਪਿੰਡ ਦੇ ਹਲੇ ਵੀ ਚੱਲਦਾ ਹੈ ਕੰਮ। ਹਾਂ ਅਜੇ ਵੀ ਡੂੰਘਾ ਗਿਆ, ਇਹਦੇ ਵਿੱਚ ਬੋਰਡ ਹੋ ਚੁੱਕਿਆ ਖੂਹ ਦੇ। ਪਿੰਡ ਵਾਲੇ ਦੱਸਦੇ ਨੇ ਕਿ ਇੱਕ ਵਾਰੀ ਤਾਂ ਪੂਰਿਆ ਗਿਆ ਸੀ ਹੈ, ਲੇਕਿਨ ਜਦੋਂ ਬਾਰਿਸ਼ਾਂ ਹੋਈਆਂ ਫਿਰ ਉਹਨੇ ਆਪਣਾ ਆਪ ਦਿਖਾਇਆ ਅਤੇ ਸਾਰਾ ਕੁਛ ਅੰਦਰ ਚਲਾ ਗਿਆ। ਛੋਟੀ ਇੱਟ ਦਾ ਹੈ ਜੀ, ਛੋਟੀ ਇੱਟ ਦਾ ਖੂਹ ਹੈ ਗਰਮੂਲੇ ਦੇ ਵਿੱਚ, ਗੋਰਿਆਂ ਵਾਲਾ ਖੂਹ। ਇੱਥੇ ਸਿੱਖ ਭਰਾ ਸਾਰੇ, ਉਹਨਾਂ ਦਾ ਡੇਰਾ ਸੀ ਅਤੇ ਆਪਣੇ ਦੌਰ ਦਾ ਕਹਿੰਦੇ ਬੜਾ ਮਸ਼ਹੂਰ ਡੇਰਾ ਸੀ ਇਹ ਵੀ, ਜਿਸ ਤਰ੍ਹਾਂ ਚੇਲਿਆਂ ਵਾਲਾ ਡੇਰਾ ਸੀ ਮਸ਼ਹੂਰ। ਅੱਛਾ ਜੀ, ਸਾਨੂੰ ਚੇਲਿਆਂ ਵਾਲੇ ਡੇਰੇ ਦੇ ਬਾਰੇ ਦੱਸੋ, ਉੱਥੇ ਵੀ ਖੂਹ ਵਗਦਾ ਸੀ? ਉੱਥੇ ਵੀ ਖੂਹ ਵਗਦਾ, ਦੋ ਉਹਨੂੰ ਦੋ ਪੌਣੀਆਂ ਵਗਦੀਆਂ ਸੀ। ਦੋ ਦੋ ਮਤਲਬ ਕੀ? ਉਹਦਾ ਜੋਗਾ ਉਧਰ ਚੱਲਦੇ, ਇੱਕ ਉਧਰ ਚੱਲਦੀ ਸੀ, ਦੋ ਪਾਸੇ ਉਹਦੇ ਚੱਲਦੇ ਸੀ ਪਾਣੀ, ਦੋ ਟਿੰਡਾਂ ਉਹਨੂੰ ਦੋ ਪਾਸੇ ਮਾਲਾਂ ਚੱਲਦੀਆਂ ਸੀ। ਅੱਛਾ ਵਾਹ, ਵੱਡਾ ਖੂਹ ਸੀ ਉਹ। ਅੱਛਾ, ਉਹਦੇ ਬਾਰੇ ਤੁਸੀਂ ਸੌ ਕਹਿੰਦੇ ਹੋ? ਹਾਂ ਸੌ। ਸਹੀ ਹੋ ਗਿਆ, ਉਹ ਹੁਣ ਕਹਿੰਦੇ ਨੇ ਬੰਦ ਹੋ ਗਿਆ ਹੁਣ ਤਾਂ, ਜਿਵੇਂ ਮੁਸਲਮਾਨ ਆ ਗਏ ਨੇ ਪਾਣੀ ਪੁਗੇ ਉਹਨਾਂ ਨਾਲ ਦੇ ਸਾਰੇ ਢੇਡ। ਹਾਂ, ਉਹ ਪਰਾਂ ਥੱਲੇ ਹੋ ਰਹਿੰਦੇ ਸੀ, ਮੈਂ ਇੱਕ ਦੋ ਵਾਰੀ ਉਹਨਾਂ ਦੀ ਚੜਿਆ। ਇਹਦੇ ਵਿੱਚ ਖੂਹ ਵੀ ਹੈ ਸੀ? ਖੂਹੀ ਸੀ ਗੁਰਦੁਆਰੇ ਵਿੱਚ। ਇਹ ਉਦੋਂ ਨਵਾਂ ਨਵਾਂ ਬਣਿਆ ਸੀ 47 ਵੇਲੇ ਕਹਿੰਦੇ ਨੇ? ਨਹੀਂ ਨਹੀਂ, ਜਦੋਂ ਆਇਆ 47 ਤੋਂ ਉੱਥੇ ਤੋਂ ਪਹਿਲਾਂ ਬਣਿਆ ਕਿਤੇ। ਅੱਛਾ ਜੀ, ਇਹ ਜੀ ਗੁਰਮੁਖ ਦਾ ਗੁਰਦੁਆਰਾ। ਹੁਣ ਅੰਦਰ ਰੈਸ਼ ਇਸ ਵਜ੍ਹਾ ਤੋਂ ਅਸੀਂ ਅੰਦਰ ਜਾ ਨਹੀਂ ਸਕਦੇ ਅਤੇ ਬਾਹਰੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅੱਛਾ ਜੀ, ਸਾਰਾ ਡਬਲ ਮੰਜ਼ਿਲਾ ਸੀ? ਤਿੰਨ ਮੰਜ਼ਿਲਾ ਸੀ। ਹਾਂਜੀ, ਅੱਛਾ ਨਹੀਂ ਉੱਪਰ ਬਣੇ ਸੀ? ਅੱਛਾ ਉੱਪਰ ਡਬਲ ਸੀ, ਸਹੀ ਹੋ ਗਿਆ। ਚੌੜੀ ਦੀਵਾਰ ਹੈ, ਚੌੜੀ ਦੀਵਾਰ ਦੇ ਸਹੀ ਸਹੀ ਅਠਾਰਾਂ ਦੀ ਠੀਕ ਹੋ ਗਿਆ ਜੀ, ਠੀਕ ਹੋ ਗਿਆ। ਇਹ ਜੀ ਗੁਰਦੁਆਰਾ, ਡਬਲ ਮੰਜ਼ਿਲਾ ਗੁਰਦੁਆਰਾ ਸੀ, ਨਵਾਂ ਨਵੇਂ ਸਿੱਖ ਭਰਾਵਾਂ ਨੇ ਬਣਾਇਆ ਸੀ। ਉਦੋਂ ਦੀਆਂ ਖਿੜਕੀਆਂ ਦਰਵਾਜ਼ੇ, ਹੁਣ ਇਹਦੀ ਹਾਲਤ ਖਸਤਾ ਹੋ ਗਈ। ਇਹ ਜੀ ਗੁਰਦੁਆਰਾ ਗਰਮੂਲੇ ਦਾ, ਕਾਫੀ ਉਚਾਈ ਵਾਲੀ ਜਗ੍ਹਾ ਤੇ ਸੀ। ਦੇਖੋ ਜੀ ਪੁਰਾਣਾ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਅਦਾਬ ਦੋਸਤੋ। ਅੱਜ ਵਾਲੀ ਇਹ ਵੀਡੀਓ ਸਰਦਾਰ ਅਮੀਰ ਸਿੰਘ ਵਿਰਕ, ਉਹਨਾਂ ਦੇ ਤਾਇਆ ਜੀ ਦਾ ਇੰਟਰਵਿਊ ਹੈ। ਉਮੀਦ ਕਰਦੇ ਹਾਂ ਇਹ ਵਾਲਾ ਇੰਟਰਵਿਊ ਤੁਹਾਨੂੰ ਪਸੰਦ ਆਏਗਾ। ਇਹ ਉਹਨਾਂ ਨੇ ਸਾਡੇ ਚੈਨਲ ਦੇ ਥਰੂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਪਿੰਡ ਗਰਮੂਲਾ ਦੇ ਵਿੱਚ ਕਿਹੜੇ ਕਿਹੜੇ ਲੋਕ ਵੱਸਦੇ ਸੀ ਅਤੇ ਉਹਨਾਂ ਦੇ ਨਾਲ ਮੁਸਲਮਾਨਾਂ ਦੇ ਤਾਲੁਕਾਤ ਕਿਸ ਤਰ੍ਹਾਂ ਦੇ ਸੀ। ਅਤੇ ਇਸ ਤਰ੍ਹਾਂ ਦੀ ਅਗਰ ਤੁਸੀਂ ਵੀਡੀਓ ਇਸ ਚੈਨਲ ਸਭ ਦੇ ਪੰਜਾਬ ਦੇ ਉੱਤੇ ਦਿਖਾਉਣਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਦੇ ਉੱਤੇ ਰਾਬਤਾ ਕਰਨਾ, ਅਸੀਂ ਤੁਹਾਡੀਆਂ ਵੀਡੀਓ ਆਪਣੇ ਚੈਨਲ ਦੇ ਥਰੂ ਆਪਣੇ ਚੈਨਲ ਦੇ ਉੱਪਰ ਦਿਖਾਵਾਂਗੇ। ਸਤਿ ਸ਼੍ਰੀ ਅਕਾਲ, ਅਸਲਾਮੁ ਅਲੈਕੁਮ, ਆਦਾਬ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪਾਕਿਸਤਾਨ ਵਿੱਚ ਪਲਵੇ ਸਾਡੇ ਤਾਇਆ ਜੀ, ਜਿਨ੍ਹਾਂ ਦਾ ਜਨਮ ਪਾਕਿਸਤਾਨ ਦੀ ਧਰਤੀ ਪਿੰਡ ਗਰਮੂਲਾ ਵਿਖੇ ਹੋਇਆ ਅਤੇ ਉਹ 1947 ਦੇ ਵਿੱਚ ਪਾਰਟੀਸ਼ਨ ਦੇ ਟਾਈਮ ਮਾਈਗ੍ਰੇਸ਼ਨ ਹੋ ਕੇ ਇੱਧਰ ਆਏ। ਉਸ ਵੇਲੇ ਦੀਆਂ ਯਾਦਾਂ ਜਿਹੜੀਆਂ ਅੱਜ ਵੀ ਇਹਨਾਂ ਨੂੰ, ਉਹ ਜਿਹੜੀਆਂ ਪੀੜਾਂ ਦਰਦਾਂ ਇਹਨਾਂ ਦੇ ਦਿਲ ਵਿੱਚ ਅੱਜ ਵੀ ਹਨ, ਉਹ ਯਾਦ ਕਰਕੇ ਅੱਜ ਵੀ ਇਹਨਾਂ ਜਿਹੜੇ ਕਲੇਜੇ ਦੇ ਵਿੱਚ, ਸੀਨੇ ਦੇ ਵਿੱਚ ਪੀੜ ਉੱਠਦੀ ਹੈ, ਕਿਉਂਕਿ ਉਹ ਹਾਲਾਤ ਹੀ ਇਹੋ ਜਿਹੇ ਬਣ ਗਏ ਸਨ। ਪਰਿਵਾਰਾਂ ਦੇ ਨਾਲ ਪਰਿਵਾਰ ਨਾ ਰਹੇ, ਸਭ ਕੁਛ ਖੇਰੂ ਖੇਰੂ ਹੋ ਗਿਆ। ਉਹ ਜ਼ਮੀਨਾਂ, ਉਹ ਜਾਇਦਾਦਾਂ, ਉਹ ਮਹਿਲ ਮਾੜੀਆਂ ਉੱਤੋਂ ਛੱਡ ਕੇ ਆਉਣਾ ਪਿਆ ਅਤੇ ਉਹ ਇੱਕ ਬਹੁਤ ਭਿਆਨਕ ਸਮਾਂ ਸੀ ਜਿਹੜਾ ਇਹਨਾਂ ਬਜ਼ੁਰਗਾਂ ਨੂੰ ਜਦੋਂ ਪੁੱਛਦੇ ਹਾਂ ਤਾਂ ਇਹਨਾਂ ਦਿਲ ਵਿੱਚ ਅੱਜ ਵੀ ਜਿਹੜੀਆਂ ਇਹਨਾਂ ਦੀਆਂ ਅੱਖਾਂ ਨੇ ਉਹ ਸਿੱਲ ਹੋ ਜਾਂਦੀਆਂ ਨੇ। ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਧਰਤੀ ਦੇ ਜੰਮੇ ਜੋ ਮੇਰਾ ਪਿੰਡ ਅਤੇ ਇਹਨਾਂ ਦਾ ਪਿੰਡ, ਪਿੰਡ ਗਰਮੂਲਾ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਹੈ। ਅਤੇ ਇਹ ਮੇਰੇ ਤਾਇਆ ਜੀ ਹਨ, ਇਹਨਾਂ ਦਾ ਨਾਮ ਸਰਦਾਰ ਮਾਨ ਸਿੰਘ ਹੈ। ਅੱਜ ਇਹਨਾਂ ਤੋਂ ਅਸੀਂ ਪੁੱਛਾਂਗੇ ਪਿੰਡ ਗਰਮੂਲਾ ਬਾਰੇ, ਇਹਨਾਂ ਦੇ ਸਾਥੀਆਂ ਬਾਰੇ, ਇਹਨਾਂ ਦੇ ਜੰਮ ਪਲ ਜਿਹੜੇ ਉੱਥੇ
ਉਸ ਜ਼ਮੀਨ 'ਤੇ ਜੰਮੇ ਜਿਹੜੇ ਉਹਨਾਂ ਸਾਥੀਆਂ ਨਾਲ ਖੇਡੇ, ਉਹਨਾਂ ਗਲੀਆਂ ਦੇ ਵਿੱਚ ਘੁੰਮੇ, ਉਹਨਾਂ ਬਾਰੇ ਅੱਜ ਇਹਨਾਂ ਤੋਂ ਜਾਣਕਾਰੀ ਲਵਾਂਗੇ ਜੀ। ਤੋ ਸੋ ਆਪ ਅਸੀਂ ਇੰਟਰਵਿਊ ਆਪਣਾ ਸ਼ੁਰੂ ਕਰਦੇ ਹਾਂ ਜੀ, ਅਤੇ ਗੱਲਬਾਤ ਕਰਦੇ ਹਾਂ ਸਰਦਾਰ ਮਾਨ ਸਿੰਘ, ਬਾਪੂ ਮਾਨ ਸਿੰਘ ਜੀ ਹੋਰਾਂ ਤੋਂ ਇਹਨਾਂ ਨੂੰ ਪੁੱਛਣੇ ਆ ਪਿੰਡ ਗਰਮੋਲਾ ਬਾਰੇ। ਅੱਛਾ ਬਾਪੂ ਜੀ, ਇਹ ਦੱਸੋ ਜੀ, ਤੁਹਾਡਾ ਕਿਹੜਾ ਪਿੰਡ ਸੀ ਪਾਕਿਸਤਾਨ? ਸਾਡਾ ਪਿੰਡ ਗਰਮੋਲਾ। ਪਿੰਡ ਗਰਮੋਲਾ ਕਿਹੜਾ ਜ਼ਿਲ੍ਹਾ ਕਿਹੜਾ ਸੀਗਾ? ਜ਼ਿਲ੍ਹਾ ਕੁਲਦਨਾਲ। ਅੱਛਾ ਪਿੰਡ, ਇਹ ਮੈਨੂੰ ਦੱਸੋ ਪਿੰਡ ਗਰਮੋਲੇ ਦੇ ਆਸ ਪਾਸ ਕਿਹੜੇ ਪਿੰਡ ਸਨ? ਕੜਿਆਲ। ਅੱਛਾ। ਹੰਟੀਰ। ਵਰਨ। ਅੱਛਾ। ਸੌਕੇ। ਵਾਹ, ਆਹ ਪਿੰਡ ਸਨ। ਠੀਕ ਹੋ ਗਿਆ। ਹਾਂ। ਅੱਛਾ ਪਿੰਡ ਗਰਮੋਲਾ ਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਦੇ ਕੌਮਾਂ ਰਹਿੰਦੀਆਂ ਸਨ? ਉੱਥੇ ਆਪਣੇ ਮੀਆਂ ਗਣੀ ਵਾਲੀ ਰਹਿੰਦੇ ਸਨ। ਇਹ ਕਿਹੜੀ ਬਰਾਦ? ਖੁਆਰਾ ਗਣੀ। ਅੱਛਾ, ਗਣੀ ਖੁਆਰਾ। ਮਣੀ ਮੁਸਲਮਾਨ। ਅੱਛਾ। ਅਤੇ ਅੱਲਾ ਦਿੱਤਾ ਘੁਮਿਆਰ। ਇਹ ਅੱਲਾ ਦਿੱਤਾ ਇੱਕ ਤਾਂ ਮੌਲਵੀ ਸੀਗਾ। ਹਾਂ, ਅੱਲਾ ਦਿੱਤਾ ਘੁਮਿਆਰ ਸੀ ਖੋਤਿਆਂ ਵਾਲਾ। ਅੱਛਾ ਅੱਛਾ। ਹੋ, ਉਹਦਾ ਮੁੰਡਾ ਸੀ ਨੂਰੀ। ਵਾਹ, ਠੀਕ ਹੋ। ਅਤੇ ਇਹ ਸਨ। ਹੋ, ਅਤੇ ਅਸੀਂ ਪਿੰਡ ਚੇਲਿਆਂ ਵਾਲਾ ਖੂਹ ਸੀ। ਅੱਛਾ, ਜਿਹੜੀ ਤੁਹਾਡੀ ਜ਼ਮੀਨ ਸੀ ਉਹ ਚੇਲਿਆਂ ਵਾਲੇ ਖੂਹ 'ਤੇ? ਉਹ ਚੇਲਿਆਂ ਵਾਲੇ ਖੂਹ ਸੀ। ਅੱਛਾ, ਜ਼ਮੀਨ ਜਿਹੜੀ ਤੁਹਾਡੀ ਜ਼ਮੀਨ ਸੀ ਇਹ ਪਿੰਡ ਤੋਂ ਕਿਹੜੇ ਪਾਸੇ ਸੀ, ਕਿਹੜੀ ਸਾਈਡ ਤੇ? ਤੋਂ ਸਾਡੀ ਲਹਿੰਦੇ ਪਾਸੇ ਸੀ। ਅੱਛਾ, ਲਹਿੰਦੇ ਪਾਸੇ। ਲਹਿੰਦਾ ਪਾਸਾ ਸੀ ਇਹ, ਮਤਲਬ ਜਿੱਧਰ ਨੂੰ ਸੂਰਜ ਜਾਂਦਾ ਹੈ। ਅੱਛਾ, ਜਿੱਧਰ ਨੂੰ ਸੂਰਜ ਜਾਂਦਾ। ਇਹ ਕਿਹੜੇ ਪਿੰਡ ਨੂੰ ਸੜਕ ਜਾਂਦੀ? ਸੁਣਿਆ ਕੜਿਆਲ ਨੂੰ ਜਾਂਦੀ। ਕੜਿਆਲ ਨੂੰ। ਠੀਕ ਹੈ, ਠੀਕ ਹੈ। ਕੜਿਆਲ ਵਾਲੀ ਸੜਕ ਦੇ ਉੱਤੇ ਸਾਡਾ ਖੂਹ ਸੀ। ਇੱਕ ਖੂਹ ਹੋਰ ਦਾ ਨਾਂ ਲੈਂਦੇ ਸਨ ਬਜ਼ੁਰਗ ਸਾਡੇ। ਇੱਕ ਸਾਡਾ ਰੋਈ ਵਾਲਾ ਖੂਹ ਸੀ। ਹਾਂ, ਰੋਈ ਵਾਲਾ, ਰੋਈ ਵਾਲਾ। ਹਾਂ, ਠੀਕ ਹੋ ਗਿਆ। ਅਤੇ ਅੱਛਾ ਇਹ ਦੱਸੋ ਮੈਨੂੰ, ਉਸ ਟਾਈਮ ਉੱਥੇ ਲੰਬੜਦਾਰ ਕੌਣ ਸੀ, ਤੁਹਾਨੂੰ ਯਾਦ ਹੈ ਕੁਛ? ਚਾਚਾ ਕਰਤਾਰ ਸਿੰਘ। ਠੀਕ ਹੋ ਗਿਆ। ਵਾਹ ਵਾਹ। ਸਰਪੰਚ? ਸਰਪੰਚ। ਸਰਪੰਚ ਵੀ ਉਹੀ ਸੀ? ਹਾਂ, ਸਰਪੰਚ ਵੀ ਉਹੀ ਸੀ ਸਾਡਾ, ਚਾਚਾ ਕਰਤਾਰ। ਠੀਕ ਹੈ, ਠੀਕ ਹੈ, ਠੀਕ ਹੈ। ਤੁਹਾਨੂੰ ਡੱਬਾ ਘੋੜਾ ਹੁੰਦਾ ਸੀ ਉਹਦੇ ਕੋਲ। ਅੱਛਾ, ਉਹਦੇ ਕੋਲ ਡੱਬਾ ਘੋੜਾ ਹੁੰਦਾ ਸੀ। ਹਾਂ, ਠੀਕ ਹੈ। ਉਦੋਂ ਤਾਂ ਆਮ ਹੀ ਹੁੰਦੇ ਹੁਣ ਸਾਰਿਆਂ ਕੋਲ। ਸਾਰਿਆਂ ਕੋਲ। ਅਤੇ ਇਹ ਦੱਸੋ ਤੁਹਾਨੂੰ ਕੋਈ ਉੱਥੋਂ ਦੇ ਬਚਪਨ ਦੇ ਜਿਹੜੇ ਤੁਹਾਡੇ ਨਾਲ ਖੇਡਦੇ ਰਹੇ ਨੇ ਕੋਈ ਯਾਰਾਂ ਬੇਲੀਆਂ ਦਾ ਨਾਂ ਯਾਦ ਹੈ? ਯਾਰਾਂ ਬੇਲੀਆਂ ਦਾ ਇਹ ਹੀ ਜਿਹੜਾ ਖੁਆਰਾ ਗਣੀ ਸੀ, ਉਹ ਸਾਡੇ ਦੁਆਣੇ ਲਾਉਂਦਾ ਹੁੰਦਾ ਸੀ ਅਤੇ ਉਹਦੇ ਮੁੰਡਿਆਂ ਦੇ ਨਾਲ ਅਸੀਂ ਖੇਡਦੇ ਸਾਂ। ਅੱਛਾ। ਫਿਰ ਜਿਹੜਾ ਅੱਲਾ ਦਿੱਤਾ ਘੁਮਿਆਰ ਸੀ, ਉਹਨਾਂ ਨਾਲ ਅਸੀਂ ਉਹਦਿਆਂ ਬੱਚਿਆਂ ਨਾਲ ਖੇਡਦੇ ਰਹਿੰਦੇ ਸਾਂ। ਅੱਛਾ। ਫਿਰ ਐਸੀ ਹਵਾ ਚੱਲੀ, ਉਹ ਫਿਰ ਹਵਾ ਐਸੀ ਹਵਾ ਬਹੁਤ ਖਤਰਨਾਕ ਚੱਲੀ। ਅੱਛਾ। ਉਸ ਜ਼ਮਾਨੇ ਦੇ ਵਿੱਚ ਕੋਈ ਕਿਸੇ ਦਾ ਮਿੱਤਰ ਫਿਰ ਬਣਿਆ ਹੀ ਨਹੀਂ। ਉਹ ਫਿਰ ਘੱਟ ਵੱਧ ਸਾਨੂੰ ਪਤਾ ਹੀ ਨਹੀਂ ਲੱਗਾ, ਜਿਨ੍ਹਾਂ ਨੂੰ ਅਸਾਂ ਯਾਰ ਸੱਜਣ ਬਣਾਇਆ ਸੀ ਉਹਨਾਂ ਹੀ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ। ਅੱਛਾ। ਅਸੀਂ ਉੱਥੋਂ ਭੱਜ ਕੇ ਕੜਿਆਲ ਨੂੰ ਆ ਗਏ। ਇਹ ਮੈਂ ਤੁਹਾਨੂੰ ਬਾਅਦ ਪੁੱਛਾਂਗਾ, ਜਿਹੜਾ ਜਿਵੇਂ ਉੱਥੋਂ ਤੁਸੀਂ ਨਿਕਲੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਬਾਅਦ ਪੁੱਛਾਂਗਾ। ਅਤੇ ਪਹਿਲਾਂ ਇਹ ਦੱਸੋ ਤੁਸੀਂ ਉੱਥੇ ਸਕੂਲੇ ਵੀ ਗਏ ਹੋ ਕਿਤੇ? ਸਕੂਲੇ ਜਾਂਦੇ ਸਾਂ। ਸਕੂਲੇ ਅਸੀਂ ਜਾਂਦੇ ਸਾਂ, ਨੰਤ ਰਾਮ ਪੰਡਿਤ ਹੁੰਦਾ ਸੀ। ਅੱਛਾ। ਉਹ ਸਾਨੂੰ ਪੜ੍ਹਾਉਂਦਾ ਹੁੰਦਾ ਸੀ। ਸਰਕਾਰੀ ਸਕੂਲ ਹੁੰਦਾ ਸੀ? ਸਰਕਾਰੀ ਸਕੂਲ। ਅਤੇ ਕਿਹੜੇ ਪਿੰਡ ਪਾਸੇ ਹੁੰਦਾ ਸੀ ਸਕੂਲ? ਉਹ ਵੀ ਲਹਿੰਦੇ ਪਾਸੇ। ਲਹਿੰਦੇ ਪਾਸੇ। ਅੱਛਾ, ਉੱਥੇ ਗੁਰਦੁਆਰਾ? ਇੱਕ ਲਹਿੰਦੇ ਪਾਸੇ ਮਾਈਦਾਰਾ ਸੀ। ਅੱਛਾ ਅੱਛਾ। ਅਤੇ ਗੁਰਦੁਆਰਾ ਅਤੇ ਕੋਈ ਮਸਜਿਦ ਹੈਗੀ ਸੀ ਪਿੰਡ ਵਿੱਚ? ਮਸਜਿਦ ਗੁਰਦੁਆਰਾ ਜਿਹੜਾ ਸੀ ਉਹ ਇੱਧਰ ਸੀ ਆਪਣਾ ਪਹਾੜ ਵਾਲੇ ਪਾਸੇ। ਅੱਛਾ। ਪਹਾੜ ਵਾਲੇ ਪਾਸੇ ਗੁਰਦੁਆਰਾ ਸੀ ਅਤੇ ਮਸਜਿਦ ਜਿਹੜੀ ਸੀ ਉਹ ਵਿੱਚ ਪਿੰਡ ਦੇ ਸੀ। ਅੱਛਾ, ਮਸਜਿਦ। ਹਾਂ। ਅਤੇ ਤੁਹਾਡਾ ਉਹਨਾਂ ਉਸ ਟਾਈਮ ਜਿਹੜੇ ਉੱਥੋਂ ਦੇ ਮੁਸਲਮਾਨ ਭਰਾ ਸਨ ਜਿਹੜੇ ਤੁਹਾਡੇ ਉਸ ਪਿੰਡ ਦੇ ਵਿੱਚ ਰਹਿਣ ਵਾਲੇ ਸਨ, ਤੁਹਾਡਾ ਉਹਨਾਂ ਦੇ ਨਾਲ ਕਿਵੇਂ ਦਾ ਮਿਲਵਰਤਨ ਸੀ, ਭਾਈਚਾਰਾ ਕਿਵੇਂ ਦਾ ਸੀ? ਸਾਡਾ ਸੀ, ਉਹਨਾਂ ਨੂੰ ਚਾਚਾ ਆਉਂਦੇ ਸਾਂ, ਬੜਾ ਪ੍ਰੇਮ ਸੀ। ਅੱਛਾ, ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਚ? ਵਿਆਹਾਂ ਸ਼ਾਦੀਆਂ 'ਚ ਉਂਦਰੇ ਭਾਜੀਆਂ ਪਾਉਂਦੇ ਸਾਂ। ਅੱਛਾ। ਬਹੁਤ ਸਾਡਾ ਪ੍ਰੇਮ ਚੰਗਾ ਸੀ। ਠੀਕ ਹੋ ਗਿਆ। ਬਹੁਤ ਸੋਹਣਾ ਪ੍ਰੇਮ ਸੀ। ਵਾਹ। ਉਹ ਸਾਡਿਆਂ ਨੂੰ ਵੱਡਿਆਂ ਵਡੇਰਿਆਂ ਨੂੰ ਚਾਚਾ ਬਾਬਾ ਆਉਂਦੇ ਸਨ, ਅਸੀਂ ਉਹਨਾਂ ਨੂੰ ਚਾਚੇ ਆਉਂਦੇ ਸਾਂ, ਥੱਕੇ ਚਾਚੇ ਅਸੀਂ ਆਉਂਦੇ ਸਾਂ ਉਹਨਾਂ ਨੂੰ। ਠੀਕ ਹੈ।
ਤੇ ਬੜਾ ਪ੍ਰੇਮ ਸੀ ਸਾਡਾ ਵਿਆਹ ਢੰਗਾਂ ਤੇ ਵੀ ਅਸਾਂ ਇੱਕ ਦੂਜੇ ਨਾਲ ਨਿਆਉਂਦੇ ਭਾਜੀਆਂ ਤੇ ਸਰਦਾਰਾਂ ਦੇ ਉੱਥੇ ਕਿੰਨੇ ਘਰ ਸਨ ਆਪਣੇ ਸਰਦਾਰਾਂ ਦੇ ਸਰਦਾਰਾਂ ਦੇ ਘਰ ਕੰਮ ਤੋਂ ਕੰਮ ਕੋਈ 100 ਕੁ ਹੋਣਾ ਹੈ ਸਰਕਾਰੀਆਂ ਦੀ ਪੱਤੀ ਐਸੀ ਤੇ ਆਪਣੀ ਕਿਹੜੀ ਪੱਤੀ ਸੀ ਗੁਰਦਿੱਤੇ ਗਿਆ ਦੀ ਫਿੱਲੇ ਗਏ ਆਪਣੀ ਕਿਹੜੀ ਗੁਰਦਿੱਤੇ ਗਿਆ ਦੀ ਗੁਰਦਿੱਤੇ ਗਏ ਤੇ ਇੱਕ ਫੌਜਾ ਸਿੰਘ ਦੀ ਪੱਤੀ ਇੱਕ ਫਿੱਲੇ ਗਏ ਅੱਛਾ ਇੱਕ ਧਾਰਾ ਸਿੰਘ ਕੇ ਅੱਛਾ ਅੱਛਾ ਆਏ ਫੌਜਾ ਸਿੰਘ ਦੀ ਪੱਤੀ ਵੀ ਪੱਤੀ ਵੀ ਆਈ ਸੀ ਫੌਜਾ ਸਿੰਘ ਫੌਜਾ ਸਿੰਘ ਦੀ ਪੱਤੀ ਨਹੀਂ ਸੀ ਅੱਛਾ ਠੀਕ ਹੈ ਠੀਕ ਹੋ ਗਿਆ ਅਤੇ ਅੱਛਾ ਜਿਹੜੇ ਉੱਥੇ ਸਾਡੇ ਬਜ਼ੁਰਗ ਸਨ ਉਹਨਾਂ ਦੇ ਕੀ ਨਾਂ ਸਨ ਉਹਨਾਂ ਦੇ ਨਾਂ ਵੱਡਾ ਬਰਜਾਮ ਸਿੰਘ ਛੋਟਾ ਲਾਭ ਸਿੰਘ ਲਾਭ ਸਿੰਘ ਕੌਣ ਸੀ ਆਪਣਾ ਤਾਇਆ ਸੀ ਮੇਰਾ ਅੱਛਾ ਮੇਰਾ ਦਾਦਾ ਸੀ ਜੀ ਮੇਰਾ ਦਾਦਾ ਸੀ ਲਾਭ ਸਿੰਘ ਤੇ ਇਹਨਾਂ ਦਾ ਤਾਇਆ ਸੀ ਤੇ ਇਹ ਮੇਰੇ ਉੱਧਰ ਬੈਠੇ ਜਿਹੜੇ ਨੇ ਇਹ ਵੀ ਇਹ ਮੇਰੇ ਚਾਚਾ ਜੀ ਨੇ ਇਹ ਦੋਵੇਂ ਸੱਕੇ ਭਰਾ ਨੇ ਦੋਵੇਂ ਹਾਂਜੀ ਤੇ ਮੇਰੇ ਪਿਤਾ ਜੀ ਦੇ ਇਹ ਚਾਚੇ ਦੇ ਪੁੱਤਰ ਨੇ ਵੱਡਾ ਬਰਜਾਮ ਸਿੰਘ ਵੀ ਤੇ ਮੇਰਾ ਇਹ ਦਾਦਾ ਜੀ ਅੱਗੋਂ ਇਹ ਮੇਰੇ ਚਾਚਾ ਜੀ ਨੇ ਇਹ ਮੇਰੇ ਦਾਦਾ ਜੀ ਨੇ ਤੇ ਅੱਛਾ ਜਿਹੜਾ ਲਾਭ ਸਿੰਘ ਸੀ ਜਾਂ ਫੂਲਾ ਸਿੰਘ ਸਨ ਇਹ ਉਸ ਟਾਈਮ ਉੱਥੇ ਇਹਨਾਂ ਦਾ ਕਿੰਨਾ ਕੁ ਨਾਂ ਸੀ ਜਾਂ ਉੱਥੇ ਕੀ ਕਾਰਜਗਾਰੀ ਕਰਦੇ ਸਨ ਕੋਈ ਖੇਡਾਂ ਦੇ ਜਾਂ ਇਹੋ ਜਿਹੇ ਖੇਡਾਂ ਦੇ ਜਾਂ ਇਹੋ ਜਿਹੇ ਲਾਭ ਸਿੰਘ ਸੀ ਇਹ ਸੁਹਾਗਾ ਚੁੱਕਦਾ ਸੀ ਅੱਛਾ ਸੁਹਾਗਾ ਚੁੱਕਦਾ ਸੀ ਇਹਨਾਂ ਰੱਸਾ ਵੀ ਖੇਡਦੇ ਸਨ ਅੱਛਾ ਰੱਸਾ ਕੱਸੀ ਕਰਦੇ ਹਨ ਉੱਥੇ ਰੱਸਾ ਖੇਡਦੇ ਸਨ ਅੰਗਰੇਜ਼ਾਂ ਨਾਲ ਰੱਸਾ ਖਿੱਚਿਆ ਵਾਹ 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 ਅੰਗਰੇਜ਼ਾਂ ਨਾਲ ਰੱਸਾ ਖਿੱਚਿਆ ਫਿਰ ਕੜਿਆਲ ਵਿਸਾਖੀ ਲੱਗਦੀ ਸੀ ਕੜਿਆਲ ਵਿਸਾਖੀ ਦੇ ਰੱਸਾ ਖਿੱਚਿਆ ਕਿਆ ਬਾਤ ਹੈ ਹਾਂ ਬਸ ਇਸ ਤਰ੍ਹਾਂ ਵਿਸਾਖੀ ਦੇ ਰੱਸਾ ਖਿੱਚਿਆ ਅੰਗਰੇਜ਼ਾਂ ਦੇ ਨਾਲ ਸੁਣਿਆ ਕੋਈ ਉੱਥੇ ਕੋਈ ਤੁਹਾਡੀ ਉਹ ਜਿਹੜੀ ਯਾਦਦਾਸ਼ਤ ਕੋਈ ਯਾਦਗਾਰ ਜਿਹੜੀ ਉੱਥੇ ਆਉਂਦੇ ਨੇ ਕੋਈ ਉਹਨਾਂ ਕੋਈ ਚੀਟਿੰਗ ਕੀਤੀ ਸੀ ਜਾਂ ਕੋਈ ਉਹ ਕਿੱਲ ਕੁੱਲ ਲਾਏ ਸਨ ਬੂਟਾਂ ਦੇ ਵਿੱਚ ਕੋਈ ਤੁਹਾਨੂੰ ਯਾਦ ਹੈ ਨਹੀਂ ਕਿੱਲ ਨਹੀਂ ਸਨ ਲਾਏ ਰੱਸਾ ਲੈ ਕੇ ਫਿਰ ਉੱਥੋਂ ਆਪਣੇ ਪਿੰਡ ਨੂੰ ਟੁਰ ਆਏ ਸਨ ਅੱਛਾ ਅੰਗਰੇਜ਼ ਆਉਂਦੇ ਸਨ ਰੱਸਾ ਦੇ ਦਿਓ ਇਹ ਜਿਹੜੇ ਸਨ ਸਾਡੇ ਬੰਦੇ ਇਹਨਾਂ ਰੱਸਾ ਨਹੀਂ ਦਿੱਤਾ ਅੱਛਾ ਰੱਸਾ ਲਾਇਆ ਹਾਂ ਇਹ ਰੱਸਾ ਜਿਹੜਾ ਗੁਰਦੁਆਰੇ ਦਿੱਤਾ ਸੀ ਠੀਕ ਹੈ ਗੁਰਦੁਆਰੇ ਫਿਰ ਲੈਂਟਰ ਚਾੜਦੇ ਸਨ ਉਦੋਂ ਲੈਂਟਰ ਪੈਂਦੇ ਸਨ ਉੱਤੇ ਗੁਰਦੁਆਰੇ ਛੱਤਾਂ ਨੂੰ ਲੈਂਟਰ ਚਾੜਦੇ ਸਨ ਉਸ ਰੱਸੇ ਨਾਲ ਅੱਛਾ ਉੱਥੇ ਗੁਰਦੁਆਰੇ ਕੋਈ ਤੁਸੀਂ ਜਿਹੜਾ ਗੁਰਦੁਆਰਾ ਗੁਰੂ ਘਰ ਬਣਾਇਆ ਸੀ ਉੱਥੇ ਕੋਈ ਮੇਲਾ ਮੱਸਿਆ ਕੋਈ ਐਵੇਂ ਦੀ ਸੰਗਰਾਂਦ ਕੋਈ ਮਨਾਉਂਦੇ ਸੋ ਬਿਲਕੁਲ ਮਨਾਉਂਦੇ ਸਾਂ ਅੱਛਾ 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 ਠੀਕ ਹੈ ਇਹ ਮੈਨੂੰ ਦੱਸੋ ਤਾਇਆ ਜੀ ਜਦੋਂ ਤੁਹਾਡਾ ਇੰਨਾ ਪਿਆਰ ਸੀ ਤੁਹਾਡਾ ਇੰਨਾ ਭਰਾਵਾਂ ਵਾਂਗੂ ਮਿਲ ਵਰਤਨ ਸੀ ਇੱਕ ਦੂਜੇ ਦੇ ਵਿਆਹਾਂ ਢੰਗਾਂ ਸ਼ਾਦੀਆਂ ਨਿਉਂਦਰਾ ਭਾਜੀ ਅਤੇ ਫਿਰ ਅਚਾਨਕ ਐਸਾ ਕੀ ਹੋ ਗਿਆ ਅਤੇ ਇੱਕ ਦੂਜੇ ਦੇ ਜਾਣ ਦੇ ਦੁਸ਼ਮਣ ਬਣ ਗਏ ਇੱਕ ਦੂਜੇ ਨੂੰ ਮਰਨ ਮਾਰਨ ਲੱਗ ਪਏ ਇਹ ਜਿਹੜੇ ਉੱਥੋਂ ਇਹ ਮੈਨੂੰ ਦੱਸੋ ਕਿ ਜਦੋਂ ਤੁਸੀਂ ਉੱਥੋਂ ਆਏ ਹੋ ਉਸ ਟਾਈਮ ਪਿੰਡ ਵਾਲਿਆਂ ਵੀ ਤੁਹਾਡਾ ਨੁਕਸਾਨ ਕੀਤਾ ਕਿ ਬਾਹਰ ਵਾਲਿਆਂ ਕੀਤਾ ਨਹੀਂ ਸਾਡਾ ਪਿੰਡ ਵਾਲਿਆਂ ਕੀਤਾ ਪਿੰਡ ਵਾਲਿਆਂ ਕੀਤਾ ਪਿੰਡ ਵਾਲੇ ਉਹ ਕਿਹੜੀ ਬਰਾਦਰੀ ਦੇ ਲੋਕ ਸਨ ਜਿਹਨਾਂ ਜ਼ਿਆਦਾ ਨੁਕਸਾਨ ਕੀਤਾ ਮੁਸਲਮਾਨ ਅਤੇ ਬਾਪੂ ਜੀ ਸਾਰੇ ਨੇ ਮਤਲਬ ਉਹ ਛੋਟੀ ਮਤਲਬ ਕਈ ਵਾਰ ਕਈ ਹੁੰਦੇ ਨੇ ਨਾ ਛੋਟੀ ਜਾਤੀ ਦੇ ਉਹ ਲੁੱਟਣ ਲਟੇਰੇ ਕਰਕੇ ਲੁੱਟਣ ਦੀ ਨੀਅਤ ਨਾਲ ਨੁਕਸਾਨ ਕਰਦੇ ਨੇ ਕਿ ਵੱਡੇ ਜਿਹੜੇ ਜ਼ਿਮੀਂਦਾਰ ਸਨ ਉਹਨਾਂ ਵੀ ਕੀਤਾ ਨਾ ਜਿਹੜੇ ਲੁੱਟੇ ਸਨ ਅੱਛਾ ਛੋਟੇ ਸਨ ਜਿਹੜੇ ਛੋਟੇ ਸਨ ਉਹਨਾਂ ਵੱਡਿਆਂ ਨੂੰ ਵੀ ਸਗੋਂ ਚਾਬੀ ਲਾਈ ਅੱਛਾ ਅੱਛਾ ਹੋ ਬਈ ਇਹਨਾਂ ਜਿਹੜੇ ਜ਼ਿਮੀਂਦਾਰ ਨੇ ਹਾਂਜੀ ਇਹਨਾਂ ਨੂੰ ਲੁੱਟ ਮਾਰ ਕਰ ਲਈਏ ਠੀਕ ਹੈ ਇਹਨਾਂ ਨੂੰ ਮਾਰ ਦਈਏ ਅੱਛਾ ਇਹਨਾਂ ਨੂੰ ਮਾਰ ਕੇ ਅਤੇ ਇਹਨਾਂ ਦੇ ਘਰ ਬਾਹਰ ਜਿਹੜੇ ਨੇ ਮਾਲ ਡੰਗਰ ਅਸੀਂ ਸਾਰਾ ਕਾਬੂ ਕਰ ਲਈਏ ਅੱਛਾ ਅਤੇ ਇਹ ਦੱਸੋ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤੁਸੀਂ ਇੱਥੋਂ ਪਿੰਡ ਛੱਡ ਕੇ ਅਸੀਂ ਟੁਰ ਜਾਣਾ ਅਚਾਨਕ ਅਤੇ ਉਹ ਕਿਉਂਕਿ ਉੱਥੇ ਤੁਹਾਡੇ ਘਰ ਬਾਹਰ ਸਨ ਜ਼ਮੀਨਾਂ ਸਨ ਜਾਇਦਾਦ ਸਨ ਪੁਰਖਾਂ ਤੋਂ ਰਹਿ ਗਏ ਅਤੇ ਬਹੁਤ ਤੁਸੀਂ ਰਹਿ ਗਏ ਅਤੇ ਬਹੁਤ ਤੁਸੀਂ ਜਾਇਦਾਦਾਂ ਬਣਾਈਆਂ ਸਨ ਅਤੇ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਵੀ ਇੱਥੋਂ ਅੱਜ ਉੱਠ ਕੇ ਟੁਰ ਜਾਣਾ ਸਾਨੂੰ ਪਤਾ ਇਸ ਤਰ੍ਹਾਂ ਲੱਗਾ ਹੈ ਇਹਨਾਂ ਪਿੰਡ ਦੇ ਦੂਜੇ ਪਾਸੇ ਅੱਗ ਲੱਗਦੀ ਹੈ ਅੱਛਾ ਦੂਜੇ ਪਿੰਡ 'ਚ ਅੱਗ ਲੱਗਦੀ ਹਾਂ ਸਾਡੇ ਪਿੰਡ ਦੇ ਵਿੱਚ ਅੱਛਾ ਪਿੰਡ ਦੇ ਦੂਜੇ ਪਾਸੇ ਅੱਗ ਲੱਗਦੀ ਹੈ ਅੱਛਾ ਅੱਗ ਲੱਗਦੀ ਹੈ ਅਤੇ ਦਵਾਈ ਪੈ ਗਈ ਹੈ
ਉਧਰੇ ਮਾਰਨਾ ਸ਼ੁਰੂ ਕੀਤਾ ਹੈ। ਅੱਛਾ, ਜਿਹੜੇ ਉਧਰੋਂ ਭੱਜ ਕੇ ਸਿੱਖ ਸਾਡੇ ਆਉਂਦੇ ਸਨ, ਠੀਕ ਹੈ, ਉਹ ਸਾਡੇ ਕੋਲ ਆਉਂਦੇ ਸਨ ਬਈ ਇੱਥੋਂ ਭੱਜ ਲਓ। ਹਾਂਜੀ, ਭੱਜ ਲਓ, ਕੱਟ ਵੱਢ ਹੁੰਦੀ ਹੈ ਬਈ, ਕੋਈ ਕਿਸੇ ਦਾ ਮਿੱਤਰ ਨਹੀਂ ਜੇ। ਹਾਂਜੀ ਹਾਂਜੀ, ਹਾਂ, ਕੋਈ ਕਿਸੇ ਦਾ ਮਿੱਤਰ ਨਹੀਂ ਜੇ, ਤਾਂ ਤੁਸੀਂ ਚੁੱਪ ਕਰਕੇ ਇੱਥੋਂ ਭੱਜ ਲਓ, ਹੁਣ ਕੜਜਾਲ ਨੂੰ ਭੱਜ ਲਈਏ। ਹਾਂਜੀ, ਅਸੀਂ ਫਿਰ ਉੱਥੋਂ ਜਿਹੜੇ ਸਨ, ਉਹ ਵੀ ਜਿਹੜੇ ਬਚੇ ਸਨ ਜੀ, ਉਹ ਵੀ ਫਿਰ ਸਾਡੇ ਵਿੱਚ ਰਲ ਗਏ। ਉਹਨਾਂ ਜਦੋਂ ਆਖਿਆ ਵੀ ਨਿਕਲੋ ਇੱਥੋਂ, ਅਸਾਂ ਫਿਰ ਉਹਨਾਂ ਨਾਲ ਵੀ ਭੱਜਣਾ ਸ਼ੁਰੂ ਕੀਤਾ ਹੈ। ਹਾਂਜੀ, ਸਾਡਾ ਕੋਈ ਸਮਾਨ, ਕੋਈ ਭਾਂਡਾ, ਕੋਈ ਅਸਾਂ ਕੁਛ ਨਹੀਂ ਪੜਿਆ। ਅੱਛਾ, ਅਸੀਂ ਉਸੇ ਤਰ੍ਹਾਂ ਹੀ ਗੱਲ ਦੇ ਜਿਹੜੇ ਕੱਪੜੇ ਨੇ ਉਹ ਲੈ ਕੇ ਭੱਜੇ ਹਾਂ, ਜਿਹੜੇ ਸਾਡੇ ਵਡੇਰੇ ਮਾਂ ਪਿਓ, ਜਿਹੜੇ ਸਾਡੇ ਤਾਏ ਚਾਚੇ ਰਹਿ ਗਏ ਸਨ, ਉਹਨਾਂ ਨੂੰ ਉਹਨਾਂ ਵੱਢ ਛੱਡਿਆ ਸੀ। ਕੜਜਾਲ ਆਏ, ਤੇ ਕੜਜਾਲ ਆਣ ਕੇ ਜਿਹੜੇ ਅਸੀਂ ਸਾਡੇ ਬਾਪੂ ਹੋਰੀ ਜਿਹੜੇ ਨਜ਼ੀਨ ਪੈ ਕਢਾਉਂਦੇ ਸਨ ਮੁੰਜੀ ਦੇ ਵਿੱਚੋਂ, ਅੱਛਾ, ਕੱਪੜੇ ਵੱਟਾਂ ਤੇ ਪਏ ਸਨ, ਉਹ ਕੱਪੜੇ ਵੀ ਸਾਨੂੰ ਕਿਸੇ ਨੇ ਫੜ ਦਿੱਤੇ। ਉਹ ਕੱਪੜੇ ਜਿਹੜੇ ਨੇ ਅਸਾਂ ਆਣ ਕੇ ਕੜਜਾਲੋਂ ਲੋਕਾਂ ਦੇ ਘਰੋਂ ਮੰਗ ਕੇ ਝਿੱਗੇ ਲੱਕ ਦੀਆਂ ਬੱਧੀਆਂ ਨੇ, ਜਿਹੜਾ ਗੱਲ ਦਾ ਪਰਨਾ ਸੀ ਲੱਕ ਬੱਧਾ ਆ, ਉਹ ਲੈ ਕੇ ਆਏ ਆ। ਅੱਛਾ, ਪੱਗਾਂ ਲਾ ਝਿੱਗੇ ਲੱਕ ਦੀਆਂ ਅਸਾਂ ਕੜਜਾਲੋਂ ਲਈਆਂ ਨੇ। ਅੱਛਾ ਅੱਛਾ, ਉਹਨਾਂ ਭਰਾਵਾਂ ਨੇ ਸਾਨੂੰ ਜਿਹੜੇ ਸਿੱਖ ਸਨ ਨੰਗਿਆਂ ਵੇਖ ਕੇ ਉਹਨਾਂ ਸਾਨੂੰ ਕੱਪੜੇ ਦਿੱਤੇ ਨੇ। ਹਾਂ, ਤੇ ਉਸ ਟਾਈਮ ਫਿਰ ਤੁਸੀਂ ਉੱਥੋਂ ਪੈਦਲ ਤੁਰੇ ਹੋ, ਗੱਡਿਆਂ 'ਚ ਤੁਰੇ ਹੋ, ਕਿਵੇਂ ਤੁਰੇ ਹੋ? ਨਾ ਜੀ, ਨਾ ਪੈਦਲ ਅਤੇ ਗੱਡੇ 'ਚ ਆਉਂਦੇ, ਤਾਂ ਸਾਨੂੰ ਤਾਂ ਉਹ ਆਉਣ ਹੀ ਨਹੀਂ ਸਨ ਦਿੰਦੇ। ਅੱਛਾ, ਤੁਹਾਡਾ ਜਿਹੜਾ ਮੇਨ ਕੋਈ ਵੀ ਧਨ ਦੌਲਤ ਸਿਆਉਣਾ ਚਾਹੁੰਦੀ, ਸਭ ਕੁਝ ਉੱਥੇ ਰਹਿ ਗਿਆ? ਸਭ ਕੁਝ ਸਾਡਾ ਉੱਥੇ ਹੀ ਰਹਿ ਗਿਆ, ਸਾਡੇ ਸਿਰਫ ਗੱਲ ਦੇ ਕੱਪੜੇ ਲੈ ਕੇ ਅਸੀਂ ਨਿਕਲੇ ਹਾਂ, ਜਾਨ ਲੈ ਕੇ ਨਿਕਲੇ ਹਾਂ। ਫਿਰ ਰਾਹ ਵਿੱਚ ਦੱਸੋ, ਰਾਹ 'ਚ ਕੀ ਤੁਹਾਡੇ ਨਾਲ ਬੀਤੀ? ਰਾਹ 'ਚ ਸਾਡੇ ਨਾਲ ਇਹ ਬੀਤੀ, ਜਿਹੜੇ ਪਿੰਡ ਅਸੀਂ ਆਉਂਦੇ ਸਾਂ, ਅੱਛਾ, ਉਸ ਪਿੰਡ ਹੀ ਅੱਗੋਂ ਜਿਹੜੇ ਨੇ ਮੁਸਲਮਾਨ, ਉਹ ਭਰਾ ਜਿਹੜੇ ਸਨ, ਉਹ ਸਾਡੇ ਲਈ ਛੁਰੇ ਲੈ ਕੇ ਖੜ੍ਹੇ ਹੁੰਦੇ ਸਨ। ਅਤੇ ਅਸੀਂ ਕੋਈ 100-100 ਬੰਦਾ ਜਿਹੜੇ ਸਾਂ, ਅਸੀਂ ਤਰਲਾ ਮਿੰਤ ਕਰਕੇ ਉਹਨਾਂ ਤੋਂ ਨਿਕਲਦੇ ਸਾਂ। ਹਾਂਜੀ, ਜਿਹੜਾ ਕੋਈ ਸਾਡੇ ਤੋਂ ਨਿਕਲਦੇ ਸਾਂ, ਹਾਂਜੀ, ਜਿਹੜਾ ਕੋਈ ਸਾਡੇ 'ਚੋਂ ਦੂਰ ਥੋੜ੍ਹਾ ਜਿਹਾ 10 ਕਰੂ ਦੂਰ ਹੋ ਜਾਂਦਾ ਸੀ, ਹਾਂਜੀ, ਉਹਨੂੰ ਛੁਰਾ ਮਾਰ ਕੇ ਉਹ ਮਾਰ ਛੱਡਦੇ ਸਨ। ਫਿਰ ਇਸ ਤਰ੍ਹਾਂ ਅਸੀਂ ਅਗਾਂਹ ਲੱਗੇ ਆਏ ਹਾਂ। ਹਾਂਜੀ, ਫਿਰ ਅੱਗੋਂ ਜਿਹੜੀ ਆਪਣੀ ਮੁਸਲਮਾਨੀ ਪੁਲਿਸ ਸੀ ਜੀ, ਉਹਨਾਂ ਨੇ ਸਾਡਾ ਫੜ ਕੇ ਤਲਾਸ਼ੀ ਲਈ। ਹਾਂਜੀ, ਤਲਾਸ਼ੀ ਲਈ ਅਤੇ ਉਹਨਾਂ ਸਾਡੇ ਕੋਲੋਂ ਕਾਚੂ ਕਿਰਪਾਨ, ਸਾਡੇ ਤੋਂ ਪੈਸਾ ਕੋਈ ਬੋਝੇ 'ਚ ਜਿਹੜਾ ਆਇਆ ਸੀ, ਚਵਾਨੀ ਉਹ ਸਾਡੇ ਕੋਲੋਂ ਕੱਢ ਲਈ। ਅੱਛਾ, ਕੱਢ ਕੇ ਅਤੇ ਉਹਨਾਂ ਨੂੰ ਆਖਣ ਲੱਗੇ ਵੱਢ ਦਿਓ। ਉਹਨਾਂ ਫਿਰ ਵੱਢਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਵੱਢਣਾ ਸ਼ੁਰੂ ਕਰ ਦਿੱਤਾ, ਜਿਹੜੇ ਫਿਰ ਵੱਢੇ ਗਏ, ਦੂਜੇ ਅਸੀਂ ਭੱਜ ਕੇ ਨਿਕਲੇ ਹਾਂ। ਅੱਛਾ, ਫਿਰ ਅਸੀਂ ਸੱਚੇ ਸੌਦੇ ਆ ਗਏ ਹਾਂ। ਅੱਛਾ, ਸੱਚੇ ਸੌਦੇ ਕੈਂਪ ਲੱਗਾ ਸੀ? ਸੱਚੇ ਸੌਦੇ ਕੈਂਪ ਲਗਾਇਆ ਸੀ, ਫਿਰ ਅਸੀਂ ਉੱਥੇ ਕੈਂਪ 'ਚ ਇਕੱਠੇ ਹੋ ਗਏ ਹਾਂ। ਅੱਛਾ, ਇਕੱਠੇ ਹੋ ਗਏ ਹਾਂ ਅਤੇ ਉੱਥੇ ਫਿਰ ਇੱਕ ਗੱਡੀ ਆਈ ਹੈ, ਉਹਨੂੰ ਲਿਜਾ ਕੇ ਉੱਥੇ ਰਾਹ 'ਚ ਵੱਢ ਦਿੱਤਾ ਨੇ। ਅਤੇ ਦੂਜੀ ਗੱਡੀ ਆਈ ਹੈ, ਉਹਦੇ ਉੱਤੇ ਅਸੀਂ ਚੜ੍ਹਨ ਲੱਗੇ ਹਾਂ। ਹਾਂਜੀ, ਉਹਦੇ 'ਚ ਮੁਸਲਮਾਨੀ ਫੌਜ ਸੀ, ਹਾਂਜੀ, ਉਹਨਾਂ ਸਾਡੇ 'ਤੇ ਗੋਲੀ ਚਲਾ ਦਿੱਤੀ। ਅੱਛਾ, ਬਹੁਤ ਸਾਡੇ ਭਰਾ ਮਾਰੇ ਗਏ, ਮਾਰੇ ਗਏ। ਅਤੇ ਫਿਰ ਤੀਜੀ ਗੱਡੀ ਆਈ ਹੈ, ਅਸੀਂ ਡਰਦੇ ਬਹੀਏ ਨਾ, ਫਿਰ ਉੱਥੇ ਉਹਦੇ ਉੱਤੇ 2 ਬੰਦੇ ਸਿੱਖ ਚੜ੍ਹ ਕੇ ਪੱਲੂ ਪਵਾਇਆ, ਅਸੀਂ ਫਿਰ ਉਹਦੇ ਉੱਤੇ ਚੜ੍ਹੇ ਹਾਂ। ਅਤੇ ਸਾਡੀ ਗੱਡੀ ਜਿਹੜੀ ਸੀ ਉਹ ਮਾਲ ਸੀ, ਅੱਛਾ, ਮਾਲ ਗੱਡੀ ਸੀ, ਉੱਤੋਂ ਕੋਹਨੀ ਸੀ। ਅੱਛਾ, ਉਹਦੇ ਉੱਤੇ ਬੈਠੇ ਹਾਂ ਅਤੇ ਜਦੋਂ ਲਾਹੌਰ ਤੋਂ ਉੱਤੋਂ ਨਿਕਲੇ ਹਾਂ ਨਾ, ਹਾਂਜੀ, ਸਾਡੇ ਉੱਤੇ ਉਹਨਾਂ ਮਿੱਟੀ ਗੰਦ ਬਹੁਤ ਸੁੱਟਿਆ, ਅੱਗ ਬਾਲ ਬਾਲ ਕੇ ਸੁੱਟਦੇ ਸਨ। ਅੱਛਾ, ਟ੍ਰੇਨ ਦੇ ਉੱਤੇ ਸੁੱਟਦੇ? ਟ੍ਰੇਨ ਦੇ ਉੱਤੇ ਸੁੱਟਦੇ ਸਨ। ਫਿਰ ਜਦੋਂ ਅਸੀਂ ਲਾਹੌਰ ਤੋਂ ਅਗਾਂਹ ਆਏ ਹਾਂ, ਸਾਡੀ ਗੱਡੀ ਜਿਹੜੀ ਉਹਨਾਂ ਖਿਲਾਰ ਦਿੱਤੀ ਹੈ। ਅੱਛਾ, ਰਸਤੇ 'ਚ ਖਿਲਾਰ ਦਿੱਤੀ, ਇੰਨਾ ਲਾ ਕੇ ਡਰਾਈਵਰ ਲੈ ਗਿਆ ਬਿਨਾਂ ਸਟੇਸ਼ਨ ਤੋਂ, ਬਗੈਰ ਸਟੇਸ਼ਨ ਤੋਂ, ਉਹ ਸੁਨਸਾਨ ਥਾਂ ਦੇ ਖਿਲਾਰ, ਕੋਈ ਸਟੇਸ਼ਨ ਨਹੀਂ ਸੀ, ਕੋਈ ਕੁਛ ਨਹੀਂ ਸੀ। ਹਾਂਜੀ, 150 ਮੁਸਲਮਾਨ ਦੁਆਲੇ ਲਗਾ ਫਿਰਦਾ ਸੀ ਸਾਨੂੰ ਮਾਰਨ ਵਾਸਤੇ। ਹਾਂਜੀ, ਜੇ ਅਸੀਂ ਖਤਾਨਾ 'ਚੋਂ ਪਾਣੀ ਪੀਂਦੇ ਸਨ ਤਾਂ ਜ਼ਹਿਰ ਸੁੱਟਿਆ ਸੀ। ਹਾਂਜੀ ਹਾਂਜੀ, ਉਹ ਮਰ ਜਾਂਦਾ ਸੀ। ਹਾਂਜੀ ਹਾਂਜੀ, ਜੇ ਅਸੀਂ ਗੱਡੀ ਦੇ ਉੱਤੇ ਰਹੇ ਹਾਂ ਅਤੇ ਪਤਾ ਨਹੀਂ ਦੁਨੀਆ ਕਿੰਨੀ ਕੋਈ ਭੁੱਖੀ ਅਤੇ ਧਰਿਆਈ ਮਰ ਗਏ। 2 ਰਾਤਾਂ ਅਤੇ 2 ਦਿਨ ਕੋਈ ਸਾਨੂੰ ਰੋਟੀ
ਪਾਣੀ ਕੋਈ ਸਾਡੀ ਰੱਖਿਆ ਨਹੀਂ ਹੋਈ, ਕੋਈ ਸ਼ਾਇਦ ਨਹੀਂ ਸਾਨੂੰ ਮਿਲੀ। ਦੋ ਰਾਤਾਂ ਤੋਂ ਦੋ ਦਿਨਾਂ ਤੋਂ ਬਾਅਦ ਫਿਰ ਆਇਆ ਇੰਜਣ ਲੈ ਕੇ ਡਰਾਈਵਰ। ਅੱਛਾ, ਦੋ ਰਾਤਾਂ ਦੋ ਦਿਨ ਉੱਥੇ ਲਗਾਤਾਰ ਗੱਡੀ ਖੜੀ ਰਹੀ ਹੈ ਵੱਢਣ ਵਾਸਤੇ। ਉਹ ਜਦੋਂ ਡਰਾਈਵਰ ਇੰਜਣ ਲਿਆਇਆ ਹੈ, ਉਸ ਵੇਖਿਆ ਵੀ ਗੱਡੀ ਨਹੀਂ ਵੱਢੀ ਗਈ। ਹਾਂਜੀ, ਇੰਜਣ ਲਾ ਕੇ ਅੱਗੇ ਤੇ ਫਿਰ ਲੈ ਚੱਲਿਆ। ਅੱਛਾ, ਵੱਢਣ ਵਾਸਤੇ। ਉਹ ਵੱਢਣ ਵਾਸਤੇ ਲੈ ਚੱਲਿਆ ਤੇ ਜਿਹੜਾ ਸਾਡੇ ਨਾਲ ਗੋਰਖਾ ਸੀ, ਹਾਂਜੀ, ਉਸ ਉਹਦੇ ਉੱਤੇ ਚੜ ਗਿਆ ਗੱਡੀ ਦੇ। ਅੱਛਾ ਅੱਛਾ, ਇੰਜਣ ਤੇ। ਉਸ ਉਹਨੂੰ ਆਖਿਆ ਲੈ ਚੱਲ ਇੰਜਣ ਚਲਾ ਕੇ, ਨਹੀਂ ਤੈਨੂੰ ਮੈਂ ਮਾਰ ਦਿਆਂਗਾ। ਅੱਛਾ, ਉਸ ਫਿਰ ਇੰਜਣ ਚਲਾਇਆ ਹੈ। ਅੱਛਾ, ਗੋਰਖੇ ਜਿਹੜੇ ਸਨ ਉਹ ਤੁਹਾਡੀ ਮਦਦ ਵਾਸਤੇ ਆਏ? ਸਾਡੀ ਮਦਦ ਵਾਸਤੇ ਸਨ, ਹੈ ਸਨ ਥੋੜੇ ਸਨ। ਉਹ ਜੇ ਤੇ ਨਾ ਗੋਰਖੇ ਹੁੰਦੇ ਤੇ ਗੱਡੀ ਸਾਡੀ ਵੀ ਵੱਢ ਛੱਡਦੇ। ਸਾਡੇ ਕੋਲੋਂ 30 ਕੁੜੀਆਂ ਨਿਕਲੀਆਂ ਨੇ। ਅੱਛਾ, 30 ਮੁੰਡੇ ਨੇ। ਜਿਹੜਾ ਪਿੰਡ ਇੱਕ ਵੱਢ ਕੇ ਸਾਡਾ ਸਿੱਖਾਂ ਦਾ ਕੁੜੀਆਂ ਲਈ ਜਾਂਦੇ ਸਨ, ਉਹ ਜਿਹੜਾ ਇੱਕ ਗੋਰਖਾ ਸੀ ਮਗਰਲੀ ਕੁੜੀ ਜਿਹੜੀ ਹੈ, ਉਸ ਉਹਦਾ ਪੈਰ ਦੱਬਿਆ ਹੈ। ਪੈਰ ਦੱਬਿਆ ਤੇ ਉਸ ਆਖਿਆ ਵੀ ਇਸ ਕੁੜੀ ਨੇ ਬੁਰਕਾ ਪਾਏ ਹੈ ਤੇ ਆਏ ਮੁਸਲਮਾਨੀ, ਮੈਂ ਵੇਖਾਂ ਇਹਨੂੰ ਕੀ ਹੈ, ਇਸ ਮੇਰਾ ਪੈਰ ਦੱਬਿਆ ਹੈ। ਉਸ ਆਖਿਆ ਖਲੋ ਜਾਓ। ਉਹ ਖਲੋ ਗਏ ਨੇ, ਉਹ ਖਲੋ ਗਏ ਨੇ ਤੇ ਉਹ ਜਿਹੜੀਆਂ 30 ਕੁੜੀ, ਉਸ ਕੁੜੀ ਦਾ ਬੁਰਕਾ ਲਾਇਆ ਉਸ ਅਫਸਰ ਨੇ, ਉਹਦੇ ਮੂੰਹ 'ਚ ਰੂੰ ਦਿੱਤਾ ਹੈ, ਉਹਦੇ ਮੂੰਹ 'ਚ ਰੂੰ ਦਿੱਤਾ ਹੈ ਤੇ ਉਹਨਾਂ ਦੀਆਂ ਬਾਹੀਂ ਪਿੱਛੇ ਬੰਦੀਆਂ ਨੇ। ਉਸ ਆਖਿਆ ਇਹ ਸਾਰੀਆਂ ਜਿੰਨੀਆਂ ਹਨ ਸਾਰੀਆਂ ਦੇ ਮੂੰਹ 'ਚ ਰੂੰ ਦਿੱਤਾ ਹੈ, ਉਹਨਾਂ ਨੂੰ ਫੜ ਕੇ ਉਹਨਾਂ ਪਿਛਾ ਲਿਆ ਕੇ ਤੇ ਕੁੜੀਆਂ ਦਾ ਉਹਨਾਂ ਬੁਰਕੇ ਲਾਏ ਨੇ, ਮੂੰਹ 'ਚੋਂ ਰੂੰ ਕੱਢਿਆ, ਬਾਹੀਂ ਖੋਲੀਆਂ ਨੇ। ਉਹਨਾਂ ਨੂੰ ਆਖਣ ਲੱਗੇ ਨੇ ਤੁਹਾਡਾ ਮਾਂ ਪਿਓ ਕਿੱਥੇ ਵੀ, ਉੱਥੇ ਤੁਹਾਨੂੰ ਪਹੁੰਚਾਈਏ। ਉਹਨਾਂ ਛੋਦੀਆਂ ਕੁੜੀਆਂ ਨੇ ਆਖਿਆ ਵੀ ਸਾਡਾ ਮਾਂ ਪਿਓ ਸਾਡਾ ਸਾਰਾ ਮਾਰ ਕੇ ਪਰਿਵਾਰ 'ਤੇ ਸਾਨੂੰ ਲਈ ਜਾਂਦੇ ਸਨ ਆਪਣੇ ਘਰ ਰੱਖਣ ਵਾਸਤੇ। ਫਿਰ ਉਹ ਜਿਹੜੇ ਅਫਸਰ ਸਨ ਉਹਨਾਂ ਆਖਿਆ ਬਈ ਜੇ ਕਿਤੇ ਲੁਕਿਆ ਲੁਕਿਆ ਤੁਹਾਡਾ ਮਾਂ ਪਿਓ ਹੈ ਤੇ ਦੱਸੋ। ਉਹਨਾਂ ਆਖਿਆ ਕੋਈ ਸਾਡਾ ਨਾ ਭੈਣ ਨਾ ਭਰਾ ਨਾ ਸਾਡਾ ਕੋਈ ਨਹੀਂ ਰਹਿ ਗਿਆ। ਉਹਨਾਂ ਨੂੰ ਫਿਰ ਅੰਮ੍ਰਿਤਸਰ ਘੱਲ ਦਿੱਤਾ ਨੇ ਟਰੱਕ 'ਤੇ, ਉਹਨਾਂ ਨੂੰ ਘੱਲ ਦਿੱਤਾ ਤੇ ਸਾਡੀ ਗੱਡੀ ਜਿਹੜੀ ਹੈ ਫਿਰ ਬਾਅਦ ਵਿੱਚ ਚੱਲੀ ਹੈ। ਫਿਰ ਅਸੀਂ ਸ਼ਾਮ ਸਿੰਘ ਦੀ ਟਾਰੀ 'ਤੇ ਆਏ ਹਾਂ। ਇੱਥੇ ਆਣ ਕੇ ਸਾਨੂੰ ਕਿੰਨਿਆਂ ਦਿਨਾਂ ਬਾਅਦ ਪਾਣੀ ਅਤੇ ਰੋਟੀ ਮਿਲੀ ਹੈ। ਅੱਛਾ, ਹਾਂ ਅਤੇ ਅੱਛਾ ਪਾਣੀ ਵੀ ਨਹੀਂ ਮਿਲਿਆ। ਅੱਛਾ, ਪਾਣੀ ਵੀ ਨਹੀਂ ਮਿਲਿਆ ਤਰੇ ਨਾਲ ਵੀ ਆਉਂਦੇ ਨੇ ਕਈ ਬੱਚੇ? ਮੈਂ ਨਾ ਬੋਹ ਆਉਂਦੀ ਸੀ ਵਿੱਚੋਂ ਗੱਡੀ 'ਚੋਂ, ਇੰਨੀ ਬੋਹ ਆਉਂਦੀ ਸੀ ਜੋ ਬੰਦੇ ਸਨ ਬਜ਼ੁਰਗ ਜਵਾਨ ਭੁੱਖੇ ਤਰਿਆਏ ਮਰ ਗਏ ਸਨ। ਅੱਛਾ ਬਾਪੂ ਜੀ, ਮੁਸ਼ਕ ਆਉਂਦੀ ਸੀ। ਵੇਖੋ, ਅਸੀਂ ਤਾਂ ਉਹ ਸਮਾਂ ਸਿਰਫ ਇੱਕ ਮਹਿਸੂਸ ਕਰ ਸਕਦੇ ਹਾਂ, ਠੀਕ ਹੈ ਨਾ, ਕਿਉਂਕਿ ਉਹ ਜਿਹੜਾ ਹਾਲਾਤ ਸਨ ਉਹ ਤੁਹਾਡੇ ਸਮੇਂ ਹੋਏ। ਸਾਡਾ ਜਨਮ ਤਾਂ ਇਸੇ ਪਿੰਡ ਹੋਇਆ ਅਤੇ ਬਹੁਤ ਬਾਅਦ 'ਚ ਹੋਇਆ, ਕਿਉਂਕਿ ਸਾਨੂੰ ਸਾਡੇ ਬਜ਼ੁਰਗ ਵੀ ਕੁਝ ਗੱਲਾਂ ਜਿਵੇਂ ਦੱਸ ਕੇ ਗਏ ਨੇ, ਉਹ ਦੱਸਦੇ ਹਨ ਵੀ ਉਸ ਟਾਈਮ ਐਸੇ ਹਾਲਾਤ ਵੀ ਬਣ ਗਏ ਸਨ ਵੀ ਲੋਕਾਂ ਨੇ ਬੱਚਿਆਂ ਨੇ ਬਈ ਆਪਣੇ ਬੱਚਿਆਂ ਨੂੰ ਆਪਣਾ ਪਿਸ਼ਾਬ ਤੱਕ ਪਿਲਾਇਆ। ਪਿਸ਼ਾਬ ਕਿੱਥੇ, ਪਿਸ਼ਾਬ ਆਉਣਾ ਕਿੱਥੋਂ ਸੀ ਜਦੋਂ ਪਾਣੀ ਨਹੀਂ ਮਿਲਦਾ? ਹਾਂ ਮਤਲਬ ਉਹ ਚਲੋ ਉਹ ਇਹ ਵੀ ਗੱਲ ਤੁਹਾਡੀ ਠੀਕ ਹੈ, ਬਾਕੀ ਕਿਤੇ ਨਾ ਕਿਤੇ ਪੰਜਾਬ ਦੇ ਸਾਰੇ ਬੁੱਝੀ ਗਿਆ ਸੀ। ਇਹ ਹਾਲਾਤ ਬਣੇ ਵੀ ਹੋਣੇ ਆ ਤੇ ਕਿਉਂਕਿ ਉਹਨਾਂ ਨੇ ਜੋ ਵੇਖਿਆ ਜੋ ਮਹਿਸੂਸ ਕੀਤਾ ਉਹ ਉਹਨਾਂ ਨੇ ਗੱਲ ਕੀਤੀ। ਚਲੋ ਤੁਹਾਡੀ ਗੱਲ ਵੀ ਠੀਕ ਹੈ, ਬਾਕੀ ਬੱਚੇ ਜਿਹੜੇ ਸਨ ਉਹ ਮਰ ਰਹੇ ਸਨ ਪਿਆਸ ਬਿਨਾਂ, ਮਰ ਗਏ ਸਨ ਕਈ, ਕੋਈ ਬਿਰਲਾ ਬਿਰਲਾ ਬੱਚਿਆ। ਹਾਂਜੀ ਹਾਂਜੀ, ਛੋਟੇ ਬੱਚੇ ਮਰ ਗਏ, ਬਜ਼ੁਰਗ ਮਰ ਗਏ, ਕਈ ਜਿਹੜੀਆਂ ਲੜਕੀਆਂ ਸਨ ਜਦੋਂ ਅਸੀਂ ਰਾਵੀ ਤੋਂ ਸਾਡੀ ਗੱਡੀ ਲੰਘੀ ਹੈ। ਅੱਛਾ, ਜਵਾਨਾਂ ਲੜਕੀਆਂ ਛਾਲੀ ਬੜੀਆਂ ਮਾਰ ਗਈਆਂ ਨੇ। ਠੀਕ ਹੈ, ਬਈ ਅਗਾਂਹ ਜਾ ਕੇ ਪਤਾ ਨਹੀਂ ਸਾਡੇ ਨਾਲ ਕੀ ਬਣਨਾ ਹੈ, ਪਤਾ ਨਹੀਂ ਕਿੰਨੀ ਕੁ ਜਵਾਨਾਂ ਕੁੜੀਆਂ ਵਿਚਾਰੀਆਂ ਮਾਰ ਗਈਆਂ। ਉਹ ਜਿਹੜੀਆਂ ਕੁੜੀਆਂ ਖੜੀਆਂ ਸਨ ਅਫਸਰ ਨੇ, ਉਹਨਾਂ ਕੁੜੀਆਂ ਦੀ ਹਾਲਾਤ ਸੁਣ ਕੇ ਤੇ ਕੁੜੀਆਂ ਜਵਾਨਾਂ ਜਿਹੜੀਆਂ ਨੇ ਉਹ ਛਾਲੀ ਮਾਰ ਗਈਆਂ। ਜਾਣਾ ਤਾਂ ਅਸਾਂ ਹਿੰਦੁਸਤਾਨ 'ਚ ਹੀ ਸੀ ਅਤੇ ਲੈ ਜਾਣਾ ਸੀ ਹੁਣ ਗੱਡੀ ਨੇ, ਉਹ ਵਿਚਾਰੀਆਂ ਡਰਦੀਆਂ ਹੀ ਜਵਾਨਾਂ ਧੀਆਂ ਭੈਣਾਂ ਸਾਡੀਆਂ ਛਾਲੀ ਮਾਰ ਗਈਆਂ ਨੇ। ਅੱਛਾ, ਤੁਹਾਨੂੰ ਇਹ ਇਹ ਕੁਝ ਪਤਾ ਸੀ ਵੀ ਅਸਾਂ ਜਾਣਾ ਕਿੱਧਰ, ਇਹ ਹੈ ਸੀ ਤੁਹਾਨੂੰ ਪਤਾ? ਕੋਈ ਪਤਾ ਨਹੀਂ ਸਾਨੂੰ ਵੀ ਕਿਹੜੇ ਪਾਸੇ ਜਾਣਾ, ਨਾ ਕਿਹੜੇ ਪਿੰਡ ਜਾਣਾ, ਮੰਜ਼ਿਲ ਕਿਹੜੀ ਹੈ, ਨਾ ਨਾ ਕੋਈ ਪਤਾ ਨਹੀਂ ਸਾਨੂੰ ਲੱਗਾ। ਅਸੀਂ ਸਿਰਫ ਆਪਣੀ ਜਾਨ ਲੈ ਕੇ ਨਿਕਲੇ ਹਾਂ।
ਹੁਣ ਵੀ ਆ ਤੁਸੀਂ ਬੱਚੇ ਪੁੱਛਦੇ ਹੋ ਗੱਲਾਂ ਸਾਨੂੰ ਤੇ ਸਾਡੇ ਦਿਲ ਨੂੰ ਦੁੱਖ ਬੜਾ ਆਉਂਦਾ ਹੈ। ਠੀਕ ਹੈ ਤੇ ਉੱਥੋਂ ਫਿਰ ਤੁਸੀਂ ਜਦੋਂ ਆਏ ਹੋ ਫਿਰ ਇਹ ਜਿਹੜਾ ਤੁਹਾਨੂੰ ਜ਼ਿਲ੍ਹਾ ਕਰਨਾਲ ਇਹ ਅੱਛਾ ਉੱਥੋਂ ਫਿਰ ਕਿਵੇਂ ਇੱਧਰ ਕਿਵੇਂ ਆਏ ਤੁਸੀਂ? ਇੱਧਰ ਫਿਰ ਜਿਹੜੀ ਗਵਰਨਮੈਂਟ ਸੀ ਇਸ ਕਿਰਾਇਆ ਲੈਣਾ ਸਾਡੇ ਤੋਂ ਨਹੀਂ ਲਿਆ। ਅੱਛਾ ਇਹਨਾਂ ਫਿਰ ਸਾਨੂੰ ਗੱਡੀ ਜਿਉਂ ਚਲਾਈ ਏ ਅੰਮ੍ਰਿਤਸਰੋਂ ਇਹ ਗੱਡੀ ਫਿਰ ਤੋੜ ਇੱਥੇ ਪਾਣੀਪਤ ਕਰਨਾਲ ਲਿਆ ਖਿਲਾਰੀ ਏ। ਅੱਛਾ ਪਾਣੀਪਤ ਕਰਨਾਲ ਜਦੋਂ ਰਹੇ ਹਾਂ ਫਿਰ ਆਖਣ ਲੱਗੇ ਵੀ ਚਲੋ ਜਿਹੜਾ ਪਿੰਡ ਗਰਮੂੜੇ ਦੇ ਨੇ ਇਹਨਾਂ ਨੂੰ ਅਲਾਟਮਿੰਟ ਅੱਛਾ ਤਹਿਸੀਲ ਕੈਥਲ ਚ ਪਿੰਡ ਰਖਸਾਣਾ ਹੈ। ਅੱਛਾ ਉਦੋਂ ਇਹ ਤਹਿਸੀਲ ਸਾਡੀ ਕੈਥਲ ਹੁੰਦੀ ਸੀ? ਹਾਂ ਕੈਥਲ। ਠੀਕ ਹੋ ਗਿਆ ਹੁਣ ਤੇ ਜ਼ਿਲ੍ਹਾ ਬਣ ਗਿਆ ਨਾ? ਹਾਂ ਹੁਣ ਜ਼ਿਲ੍ਹਾ ਬਣ ਗਿਆ ਤਹਿਸੀਲ ਕੈਥਲ ਦੇ ਵਿੱਚ ਜਿਹੜਾ ਪਿੰਡ ਗਰਮੂੜਾ ਹੈ ਹਾਂਜੀ ਇਹਨਾਂ ਨੂੰ ਉੱਥੇ ਕਰ ਦਿਓ। ਠੀਕ ਹੋ ਗਿਆ ਤੇ ਅੱਛਾ ਬਾਪੂ ਜੀ ਇਹ ਦੱਸੋ ਤੁਹਾਨੂੰ ਹੁਣ ਉੱਥੋਂ ਦੀ ਕਦੀ ਯਾਦ ਆਈ? ਯਾਦ ਤਾਂ ਆਉਂਦੀ ਹੈ ਪਰ ਦੁੱਖ ਬੜਾ ਲੱਗਦਾ ਜਦੋਂ ਅਸੀਂ ਯਾਦ ਕਰਦੇ ਹਾਂ। ਅੱਛਾ ਉਹ ਸਾਡੇ ਦਿਲ ਦੇ ਉੱਤੇ ਉਹ ਧਰਤੀ ਉਹ ਘਰ ਤੁਹਾਨੂੰ ਜੇ ਤੁਹਾਨੂੰ ਮੌਕਾ ਮਿਲੇ ਕਦੀ ਤੇ ਤੁਹਾਡਾ ਦਿਲ ਕਰਦਾ ਵੀ ਉਹ ਵੇਖ ਕੇ ਆਈਏ? ਦਿਲ ਬੜਾ ਕਰਦਾ ਸਾਡਾ ਵੇਖਣ ਵਾਸਤੇ, ਦਿਲ ਬੜਾ ਕਰਦਾ ਵੇਖਣ ਵਾਸਤੇ ਜਦੋਂ ਅਸੀਂ ਵੇਹਨੇ ਆ ਨਾ ਉਹ ਵੱਢ ਟੁੱਕ ਸਾਡੇ ਸਾਹਮਣੇ ਹੋਈ ਹੈ ਤੇ ਸਾਨੂੰ ਫਿਰ ਇਹ ਵੀ ਡਰ ਆਉਂਦਾ ਵੀ ਕਿਤੇ ਫਿਰ ਵੀ ਨਾ ਸਾਨੂੰ ਮਾਰ ਦੇਣ। ਉਹ ਦਿਲ 'ਚ ਡਰ ਬੈਠਾ ਨਾ? ਹਾਂ ਡਰ ਬੈਠਾ। ਦੇਖੋ ਬਾਪੂ ਜੀ ਇੱਦਾਂ ਹੈ ਉਹ ਬਹੁਤ ਕਈ ਦਹਾਕੇ ਬੀਤ ਗਏ ਇਹ ਜਿਹੜਾ ਕਾਲਾ ਦੌਰ ਗੁਜ਼ਰਿਆ। ਕਹਿੰਦੇ ਨੇ ਨਾ ਸਿੱਖ ਇੱਕ ਦੂਜੇ ਦੇ ਵੈਰੀ ਸੀ ਅਤੇ ਨਾ ਮੁਸਲਮਾਨ, ਪਰ ਉਹ ਜਿਹੜਾ ਵਕਤ ਸੀ ਉਹ ਹੀ ਇੱਕ ਉਹ ਇੱਕ ਹਵਾ ਹੀ ਐਸੀ ਚੱਲੀ ਸੀ। ਹਾਂਜੀ ਹਾਂਜੀ ਵਕਤ ਹੀ ਮਾੜਾ, ਹਵਾ ਸੀ ਚੱਲੀ ਸੀ, ਵਕਤ ਮਾੜਾ ਸੀ, ਦਿਨ ਮਾੜੇ ਸਨ, ਦਿਨ ਮਾੜੇ ਸਨ। ਸਾਡੇ ਜਿਹੜੇ ਉਹ ਮੁਸਲਮਾਨ ਸਨ ਉਹ ਵੀ ਸਾਡੇ ਚਾਚੇ ਅਤੇ ਬਾਬੇ ਸਨ। ਅੱਛਾ ਮੈਂ ਜਿਹੜੇ ਵਿੱਚ ਸ਼ਰਾਰਤੀ ਜਿਹੜੇ ਲਟੇਰੇ ਸਨ ਉਹਨਾਂ ਸਾਡਾ ਨੁਕਸਾਨ ਬਹੁਤ ਕੀਤਾ ਹੈ। ਅੱਛਾ 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 ਉਹਨਾਂ ਸਾਡਾ ਲੁੱਟ ਮਾਰ ਜੀ ਮਾਰ ਦਿੱਤੇ। ਇਹ ਦੱਸੋ ਤੁਹਾਡਾ ਕਿਸੇ ਤੁਹਾਡੇ ਗਵਾਂਢੀ ਕਿਸੇ ਹਮਸਾਏ ਤੁਹਾਡੇ ਕਿਸੇ ਮੁਸਲਮਾਨ ਨੂੰ ਕਿਸੇ ਕੋਈ ਦਰਦ ਆਇਆ ਹੋਵੇ ਤੁਹਾਡੀ ਕਿਸੇ ਮਦਦ ਵੀ ਕੀਤੀ? ਕੋਈ ਕਿਸੇ ਮਦਦ ਨਹੀਂ ਕੀਤੀ, ਕੋਈ ਕਿਸੇ ਮਦਦ ਨਹੀਂ ਕੀਤੀ। ਕਿਸੇ ਇਹਨਾਂ ਨੇ ਆਖਿਆ ਕਿਉਂ ਵੱਢਦੇ ਹੋ, ਕਿਉਂ ਮਾਰਦੇ ਹੋ, ਕਿਉਂ ਲੁੱਟਦੇ ਹੋ? ਕਈ ਕਈ ਸਾਨੂੰ ਵਿੱਚੋਂ ਉਹ ਹੀ ਲੁੱਟਣ ਪੈ ਗਏ ਨੇ ਜਿਹਨਾਂ ਨੂੰ ਭੇਤ ਸੀ। ਅਤੇ ਅੱਛਾ ਆਪਣਾ ਇਹ ਦੱਸੋ ਆਪਣੇ ਕਿਸੇ ਜੀ ਦਾ ਨੁਕਸਾਨ ਤਾਂ ਨਹੀਂ ਹੋਇਆ? ਆਪਣੇ ਬੜੇ ਜੀ ਮਰ ਗਏ ਨੇ, ਜੀਆਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਜਿਹੜੀ ਮੇਰੀ ਘਰ ਵਾਲੀ ਹੈ ਉਹਦਾ ਨਾ ਚਾਚਾ ਨਾ ਬਾਬਾ ਨਾ ਤਾਇਆ ਨਾ ਚਾਚਾ ਕੋਈ ਸ਼ਾਹੀ ਨਹੀਂ ਰਹੀ ਨਾ ਭਰਾ ਰਿਹਾ ਹੈ, ਉਹ ਸਿਰਫ ਇਕੱਲੀ ਇਕੱਲੀ ਮੇਰੇ ਕੋਲ ਹੈ ਇਸ ਵਕਤ। ਸਾਰੇ ਉੱਪਰ ਮਾਰੇ ਗਏ, ਸਭ ਪਰਿਵਾਰ ਵੱਢਿਆ ਗਿਆ। ਅੱਛਾ ਦੇਖੋ ਜੀ ਇਹ ਅੱਜ ਵੀ ਬੁੱਢੇ ਉਹਨਾਂ ਯਾਦਾਂ ਨੂੰ ਉਹਨਾਂ ਜਿਹੜੇ ਉਹ ਕਾਲਾ ਦੌਰ ਇਹਨਾਂ ਨੇ ਕਾਲੀ ਹਨੇਰੀ ਬਣ ਕੇ ਗੁਜ਼ਰਿਆ ਉਹਨਾਂ ਨੂੰ ਯਾਦ ਕਰਕੇ ਅੱਜ ਵੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਨਮ ਹੋ ਜਾਂਦੀਆਂ ਨੇ ਅਤੇ ਬਹੁਤ ਦੁੱਖ ਲੱਗਦਾ। ਹਾਂ ਪਰ ਬਾਪੂ ਜੀ ਉਹ ਚੀਜ਼ ਨੂੰ ਅੱਜ ਜਿਹੜੀ ਉਹਨਾਂ ਦੀ ਅਗਲੀ ਪੀੜ੍ਹੀ ਹੈ ਉਹ ਵੀ ਮਹਿਸੂਸ ਕਰ ਰਹੀ ਹੈ ਵੀ ਉਹ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ, ਮਾੜਾ ਹੋਇਆ ਅਤੇ ਉਹ ਲੋਕ ਵੀ ਅੱਜ ਇਹਨਾਂ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਰਹੇ ਨੇ ਬਹੁਤ ਜ਼ਿਆਦਾ। ਹਾਂ ਅਤੇ ਉਹ ਮਹਿਸੂਸ ਕਰਦੇ ਨੇ ਵੀ ਜੋ ਕੁਝ ਵੀ ਹੋਇਆ ਉਸ ਟਾਈਮ ਬਹੁਤ ਮਾੜਾ ਹੋਇਆ, ਬਹੁਤ ਮਾੜਾ। ਹਾਂਜੀ ਸਾਡਾ ਵਰਤਾਓ ਚੰਗਾ ਸੀ ਅਤੇ ਸਾਡਾ ਵਰਤਾਓ ਚੰਗਾ ਸੀ, ਬੜੇ ਸੋਹਣੇ ਸੁਖੀ ਰਹਿੰਦੇ ਸਨ। ਹਾਂਜੀ ਅਤੇ ਜਿਹੜਾ ਹਨੇਰੀ ਹੈ ਇੱਕਦਮ ਹੀ ਆਈ ਹੈ, ਕੋਈ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੇ ਨਾਲ ਕੀ ਬਣਨਾ ਹੈ। ਇੱਕਦਮ ਹੀ ਸਾਡੇ ਨਾਲ ਇਹ ਜਿਹੜਾ ਕਲਯੁਗ ਹੋਇਆ ਇੱਕਦਮ ਹੀ ਹੋ ਗਿਆ। ਅਤੇ ਉਹ ਲੋਕ ਜਿਹੜੇ ਕਿਉਂਕਿ ਮੈਂ ਆਮ ਕਰਕੇ ਵੇਖਦਾ ਰਹਿੰਦਾ ਵਾਂ ਉਹਨਾਂ ਲੋਕਾਂ ਦੀਆਂ ਵੀ ਕਹਾਣੀਆਂ ਜਿਹੜੇ ਇੱਧਰੋਂ ਗਏ ਨੇ ਉਹਨਾਂ ਦੀਆਂ ਕਹਾਣੀਆਂ ਵੀ ਬਿਲਕੁਲ ਤੁਹਾਡੇ ਨਾਲ ਹੀ ਮਿਲਦੀਆਂ ਨੇ, ਚੰਗਾ ਉਹਨਾਂ ਨਾਲ ਵੀ ਨਹੀਂ ਹੋਇਆ। ਜੇ ਆਖੀਏ ਨਾ ਜੇ ਤੁਹਾਡੇ ਨਾਲ ਹੋਇਆ ਮਾੜਾ ਤਾਂ ਚੰਗਾ ਉਹਨਾਂ ਨਾਲ ਵੀ ਨਹੀਂ ਹੋਇਆ, ਅਤੇ ਚਲੋ ਜੋ ਵੀ ਹੋਇਆ ਜਿਹੜੇ ਜਿੰਨਾ ਉਹਨਾਂ ਦਾ ਨੁਕਸਾਨ ਕੀਤਾ ਹੈ ਉਹ ਵੀ ਉਹ ਬੇਗਨਾਹ ਮਾਰੇ ਹੈ, ਜਿਹੜੇ ਉੱਧਰੋਂ ਆਏ ਉਹ ਵੀ ਬੇਗਨਾਹ, ਜਿਹੜੇ ਉਹਨਾਂ ਲੋਕਾਂ ਮਾਰੇ ਮਾਰੇ ਕਿਸੇ ਮਰਨ ਵਾਲੇ ਕੌਣ, ਇਹ ਵੀ ਬਹੁਤ ਮਾੜਾ ਹੋਇਆ। ਇਹ ਚੀਜ਼ ਨੂੰ ਵੀ ਮਹਿਸੂਸ ਕਰਨਾ ਚਾਹੀਦਾ। ਬੱਚਾ ਉਹ ਨਹਿਰੀ ਉਹ ਹਿੰਦੁਸਤਾਨ 'ਚ ਸਾਰੀ
ਪਰਮਾਤਮਾ ਵੱਲੋਂ ਹੀ ਹਵਾ ਹੋਰ ਆ ਗਈ ਸੀ। ਜਿਹੜੇ ਇੱਧਰ ਵੀ ਵੱਡੇ ਗਏ ਨੇ ਅਤੇ ਉੱਧਰ ਵੀ ਵੱਡੇ ਗਏ, ਕੋਈ ਦੁਸ਼ਮਣੀ ਤਾਂ ਕਿਸੇ ਦੀ ਐਸੀ ਨਾ, ਕੋਈ ਕਿਸੇ ਦਾ ਕਿਸੇ ਨੇ ਨੁਕਸਾਨ ਨਹੀਂ ਸੀ ਕੀਤਾ ਆ, ਨਾ ਕਿਸੇ ਦਾ ਪਿਓ ਦਾਦਾ ਮਾਰਿਆ ਸੀ। ਉਹਦੇ ਕੋਲ ਹਨੇਰੀ ਹਵਾ ਹੀ ਐਸੀ ਆਈ ਸੀ, ਕੱਲ੍ਹ ਜੋ ਵੀ ਐਸਾ ਆਇਆ ਸੀ, ਜਿਹੜਾ ਥੱਕੇ ਦਾ ਥੱਕਾ ਕੋਈ ਨਹੀਂ ਰਹਿ ਗਿਆ। ਅਸੀਂ ਜਦੋਂ ਉੱਥੋਂ ਭੱਜਿਆ ਸਾਡਾ ਜੀ ਨਾਲ ਜੀ ਨਹੀਂ ਰਹਿ ਗਿਆ, ਇਕੱਲਾ ਇਕੱਲਾ ਅਸੀਂ ਆਪੋ ਆਪਣੀ ਜਾਨ ਲੈ ਕੇ ਨਿਕਲੇ ਹਾਂ। ਗਰਮੂੜੇ ਚੋਂ ਜਦੋਂ ਨਿਕਲੇ ਹਾਂ ਇਕੱਲਾ ਇਕੱਲਾ ਜਾਨ ਲੈ ਕੇ, ਕੜਿਆਰ ਆਣ ਕੇ ਅਸੀਂ ਇਕੱਠੇ ਆਉਂਦੇ ਹਾਂ। ਅੱਛਾ, ਕੋਈ ਗੰਨਿਆਂ ਚੋਂ ਟੁੱਕਿਆ ਨਿਕਲਿਆ ਆਇਆ, ਕੋਈ ਮੁੰਬਈ ਚੋਂ ਨਿਕਲਿਆ ਆਇਆ, ਕੋਈ ਜਵਾਰਾਂ ਚੋਂ ਨਿਕਲਿਆ ਆਇਆ, ਅਸੀਂ ਕੜਿਆਰ ਆਣ ਕੇ ਇਕੱਠੇ ਹੋਏ ਹਾਂ। ਕੜਿਆਲੋਂ ਆਣ ਕੇ ਸਾਡਾ ਕੱਪੜਾ ਟਾਕੀ ਲਿਆ ਹੈ। ਅੱਛਾ, ਕੜਿਆਲ। ਅੱਛਾ, ਉੱਥੇ ਰਿਸ਼ਤੇਦਾਰਾਂ ਕੋਲ ਲਿਆ ਤੁਸੀਂ ਕੱਪੜਾ? ਠੀਕ ਹੈ। ਅਤੇ ਉਹ ਉੱਥੇ ਵੀ ਆਹ ਹਾਲਾਤ ਹੋਣੇ ਨੇ ਕੜਿਆਲ ਵੀ? ਉੱਥੇ ਵੀ ਹੋਈ। ਠੀਕ ਹੈ। ਅੱਛਾ, ਉਹ ਉਹਨਾਂ 'ਚੋਂ ਕੋਈ ਉੱਧਰ ਦਾ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਤਾਂ ਨਹੀਂ ਆਇਆ ਹੋਣਾ ਕੋਈ ਮੁਸਲਮਾਨ ਜਾਂ ਉੱਧਰ ਦਾ ਕੰਮੀ? ਨਾ ਨਾ ਨਾ। ਕੰਮੀਆਂ ਦੇ ਘਰ ਕਿੰਨੇ ਸਨ? ਕੰਮੀਆਂ ਦੇ ਚੂੜਿਆਂ ਦਾ ਘਰ 100 ਸੀ। ਅੱਛਾ, ਇੱਕ ਆਉਂਦੇ ਨੇ ਵੀ ਕੋਈ ਮੁਰਾਦ ਆਇਆ ਸੀ? ਪਿੰਡ ਬੜਾ ਵੱਡਾ ਸੀ, ਮੁਰਾਦ ਸਾਈ ਆਇਆ ਸੀ ਸਾਡੇ ਨਾਲ। ਅੱਛਾ, ਸਾਈ ਸੀ ਉਹ? ਹਾਂ, ਉਹ ਸਾਡੇ ਨਾਲ ਨੌਕਰੀ ਕਰਦਾ ਸੀ। ਅੱਛਾ, ਤੁਹਾਡਾ ਨਾਲ ਨੌਕਰ ਸੀ, ਤੁਹਾਡੇ ਨਾਲ ਹੀ ਆ ਗਿਆ? ਉਹ ਨੌਕਰ ਸੀ, ਜਦੋਂ ਉਹਨੂੰ ਦੁੱਖ ਲੱਗਾ ਇਸ ਗੱਲ ਦਾ, ਉਹ ਵਿਚਾਰਾ ਸਾਡੇ ਨਾਲ ਹੀ ਤੁਰ ਆਇਆ। ਅੱਛਾ, ਉਹ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ, ਉਹਨਾਂ ਨੂੰ ਮਾਵਾਂ ਭੈਣਾਂ ਬਣਾਇਆ ਸੀ ਉਸ। ਅੱਛਾ, ਉਹ ਵਿਚਾਰਾ ਦੁੱਖ ਨਾਲ ਫਿਰ ਸਾਡੇ ਨਾਲ ਹੀ ਆ ਗਿਆ ਹੈ। ਅੱਛਾ, ਇੱਥੇ ਸਾਡੇ ਨਾਲ ਕੋਲ ਹੀ ਉਹ ਮਰਿਆ ਹੁਣ। ਵਾਹ, ਉਹਦਾ ਕਰਮ ਕਿਰਿਆ ਇੱਥੇ ਅਸਾਂ ਹੀ ਕੀਤਾ ਹੈ। ਦੇਖੋ, ਇਹ ਵੀ ਇੱਕ ਮੋਹ ਸੀ ਨਾ ਪਰਿਵਾਰ ਦੇ ਨਾਲ ਉਹਨਾਂ ਦਾ, ਵੀ ਉਹ ਜਿਹੜਾ ਨੌਕਰ ਸੀ ਉੱਥੇ ਨੌਕਰੀ ਕਰਦਾ ਉਸ ਪਿੰਡ ਦੇ ਵਿੱਚ, ਜਦਕਿ ਉਹ ਸਰਦਾਰ ਵੀ ਨਹੀਂ ਸੀ, ਅਤੇ ਉਹ ਇਹਨਾਂ ਦੇ ਨਾਲ ਹੀ ਇੱਧਰ ਆ ਗਿਆ ਕਿਉਂਕਿ ਉਹਦਾ ਦਿਲ ਨਹੀਂ ਸੀ ਕਰਦਾ ਆਪਣੇ ਸਰਦਾਰਾਂ ਤੋਂ ਵੱਖ ਹੋਣ ਦਾ, ਆਪਣੇ ਮਾਲਕਾਂ ਤੋਂ ਵੱਖ ਹੋਣ ਦਾ। ਉਹਦਾ ਸਾਡੇ ਨਾਲ ਉਹਦਾ ਪਿਆਰ ਹੀ ਬਹੁਤ ਸੀ। ਠੀਕ ਹੈ। ਸਾਨੂੰ ਉਹ ਭਰਾ ਸਮਝਦਾ ਸੀ। ਹਾਂਜੀ, ਉਹ ਵਿਚਾਰਾ ਸਾਡੇ ਨਾਲ ਹੀ ਲਗਾ ਆਇਆ। ਅੱਛਾ, ਸਾਡੇ ਨਾਲ ਹੀ ਭੁੱਖਾ ਧਰਿਆ ਮਰਿਆ ਹੈ, ਸਾਡੇ ਨਾਲ ਹੀ ਉਹ ਲੁਕਦਾ ਆਇਆ ਹੈ। ਅੱਛਾ, ਜੇ ਸਾਡੇ ਤੋਂ ਦੂਰ ਹੋ ਜਾਂਦੇ ਉਹਨੂੰ ਵੀ ਮਾਰ ਦਿੰਦੇ। ਠੀਕ ਹੈ। ਉਦੋਂ ਜਿਹੜੇ ਸਾਡੇ ਚੂੜੇ ਇਹਨਾਂ ਨੂੰ ਬਿੱਲਾ ਲੱਗਾਇਆ ਹੁੰਦਾ ਸੀ। ਅੱਛਾ, ਲਾਲ ਟਾਕੀ ਦਾ ਇੱਥੇ ਉਹ ਕੰਜ ਦਾ ਜਿਹਦੇ ਗਲ ਉਹ ਝਿੱਗਾ ਹੁੰਦਾ ਸੀ, ਉਹਨੂੰ ਕੁਝ ਨਹੀਂ ਸਨ ਮਾਰਦੇ। ਅੱਛਾ ਅੱਛਾ, ਹਾਂ, ਇਹ ਚੂੜਾ ਹੈ, ਉਹਨੂੰ ਨਹੀਂ ਸਨ ਮਾਰਦੇ, ਸਾਨੂੰ ਮਾਰ ਦਿੰਦੇ ਸਨ। ਅੱਛਾ, ਤੁਹਾਨੂੰ ਵੇਖ ਕੇ ਵੀ ਇਹ ਸਰਦਾਰ ਹੈ? ਇਹ ਸਰਦਾਰ ਹੈ। ਸਰਦਾਰਾਂ ਨੂੰ ਮਾਰਦੇ ਸਨ? ਸਰਦਾਰਾਂ ਨੂੰ ਮਾਰਦੇ ਸਨ, ਚੂੜਿਆਂ ਨੇ ਹੁਣ ਬਿੱਲੇ ਲਾ ਲਏ ਸਨ। ਅੱਛਾ, ਲਾਲ ਟਾਕੀ ਦੇ ਉਹਨਾਂ ਨੂੰ ਨਹੀਂ ਸਨ ਮਾਰਦੇ। ਅੱਛਾ, ਇਹ ਦੱਸੋ ਉੱਥੇ ਤਾਂ ਚਲੋ ਤੁਹਾਨੂੰ ਲੁੱਟ ਖੋਹ ਵਾਸਤੇ ਉਹਨਾਂ ਮਾਰਦੇ ਹੋਣਗੇ ਵੀ ਇਹਨਾਂ ਕੋਲ ਸਮਾਨ ਹੈ, ਜੇ ਤੁਹਾਡਾ ਸਮਾਨ ਉੱਥੇ ਉਹਨਾਂ ਲੋਕ ਟੁੱਟ ਲਿਆ ਫਿਰ ਕਾਹ ਤੋਂ ਮਾਰੀ ਆਉਂਦੇ ਸਨ? ਫਿਰ ਐਵੇਂ ਧੱਕੇ ਨਾਲ ਵੀ ਫਿਰ ਇਹ ਪਰਤ ਕੇ ਆ ਗਏ ਅਤੇ ਇਹ ਫਿਰ ਸਾਡੇ ਘਰ ਮਰ ਜਾਂਦੇ। ਅੱਛਾ, ਦੁਬਾਰਾ ਵਾਪਸ ਨਾ ਆਉਣ? ਵਾਪਸ ਨਾ ਆਉਣ, ਇਸ ਕਰਕੇ ਉਹਨਾਂ ਸਾਡਾ ਖਾਣੇ ਖਰਾਬ ਕਰਨ ਦਾ ਚਾਰਾ ਕੀਤਾ ਹੈ। ਅੱਛਾ, ਉੱਥੇ ਇੱਕ ਕੋਈ ਸ਼ੇਰੇ ਕੋਟੀਆ ਦਾ ਕੋਈ ਏਦਾਂ ਦਾ ਕੋਈ ਜਿਹੜਾ ਕਾਫਲਾ ਸੀ, ਕੋਈ ਉਹਦੀ ਕੀ ਸਟੋਰੀ ਉਹ ਦੱਸੋ, ਕੋਈ ਯਾਦ ਹੈ ਤੁਹਾਨੂੰ? ਨੈਦ ਕੋਟੀਆ ਦਾ ਨਾ, ਸ਼ੇਰਾ ਕੋਟੀਆ ਦਾ ਕੋਈ ਸੀ? ਸ਼ੇਰਾ ਕੋਟੀਆ ਕੋਈ? ਸ਼ੇਰਾ ਕੋਟੀਆ ਜਿਹੜਾ ਸੀ, ਅੱਛਾ, ਉਸ ਕਾਫਲਾ ਲੈ ਆਉਂਦਾ ਸੀ। ਅੱਛਾ, ਉਹ ਉਹ ਆਪਣਾ ਜਿਹੜੇ ਉਹਦੇ ਕੋਲ ਸਿੱਖ ਸਨ ਉਹ ਕਾਫਲਾ ਲੈ ਕੇ ਆਇਆ, ਉਹਦੇ ਵੱਲੋਂ ਥੋੜ੍ਹੇ ਵੱਡੇ ਗਏ ਸਨ। ਉਹ ਸ਼ੇਰਾ ਕੋਟੀਆ ਕੌਣ ਸੀ? ਉਹ ਆਪਣਾ ਵੱਡਾ ਬੰਦਾ ਸੀ ਵੀ? ਵੱਡਾ ਬੰਦਾ ਸੀ। ਅੱਛਾ, ਠੀਕ ਹੈ। ਉਹਦਾ ਕਾਫਲੇ ਦਾ ਕੀ ਬਣਿਆ ਫਿਰ? ਉਹ ਵੀ ਕਾਫਲਾ ਜਿਹੜਾ ਹੈ ਭੁੱਖਾ ਧਰਿਆ ਹੀ ਆਇਆ, ਰੋਟੀ ਪਾਣੀ ਉਹਨਾਂ ਨੂੰ ਵੀ ਕੁਝ ਨਹੀਂ ਮਿਲਿਆ। ਅੱਛਾ, ਉਹ ਵੀ ਤੁਰਦਾ ਹੀ ਆਇਆ ਹੈ, ਉਹ ਤੁਰਦਾ ਆਇਆ, ਅਸੀਂ ਗੱਡੀ ਆਏ ਹਾਂ ਤੇ ਰਾਹ 'ਚ ਫਿਰ ਉਹਦਾ ਕਾਫਲੇ ਨੂੰ ਪੈ ਗਏ ਸਨ। ਅੱਛਾ, ਉਹ ਵੀ ਵੱਢ ਟੁੱਕ ਕਰ ਦਿੱਤੀ। ਯਾਨੀ ਕਿ ਜਿਹੜਾ ਉੱਥੋਂ ਬਚ ਕੇ ਨਿਕਲਿਆ ਆਪਣੀ ਕਿਸਮਤ ਨਾਲ ਬਚ ਕੇ ਨਿਕਲਿਆ? ਕਿਸਮਤ ਨਾਲ। ਬਾਕੀ ਉੱਧਰ ਉਹਨਾਂ ਦੇ ਉਹਨਾਂ ਲੋਕਾਂ ਨੇ ਆਪਣੇ ਵੱਲੋਂ ਆਪਣੀ ਨਾ ਨਾ ਕਸਰ ਕੋਈ ਨਹੀਂ ਛੱਡੀ। ਕੋਈ ਨਹੀਂ ਕਸਰ ਛੱਡੀ।
ਬਈ ਕੋਈ ਇਹ ਉੱਧਰ ਜਾਏ ਨਾ ਹੁਣ। ਠੀਕ ਹੋ ਗਿਆ। ਅਤੇ ਵੇਖੋ ਜੀ, ਇਹ ਜਿਹੜੀਆਂ ਗੱਲਾਂ ਨੇ, ਇਹ ਯਾਦਾਂ ਨੇ ਜਿਹੜੀਆਂ ਤੁਹਾਡੀਆਂ, ਇਹ ਸੁਣ ਕੇ ਸਾਡਾ ਵੀ ਜਿਹੜਾ ਅੰਦਰ ਦੇ, ਹੁਣ ਤੂੰ ਮੇਰੇ ਨਾਲ ਗੱਲਾਂ ਕੀਤੀਆਂ ਨੇ, ਹੁਣ ਮੇਰਾ ਦਿਮਾਗ ਖਰਾਬ ਹੋ ਗਿਆ ਗੱਲਾਂ ਕਰਕੇ। ਬਿਲਕੁਲ ਖਰਾਬ ਮੇਰਾ ਦਿਮਾਗ ਹੁਣ ਜਿਹੜਾ ਹੈ, ਬਿਲਕੁਲ ਖਰਾਬ ਹੋ ਗਿਆ। ਹੁਣ ਮਨ ਮੇਰਾ ਜਿਹੜਾ ਹੱਲ ਗਿਆ, ਹੱਲ ਗਿਆ ਮਤਲਬ ਹੁਣ ਮੇਰੇ ਤੋਂ, ਹੁਣ ਮੇਰੇ ਤੋਂ ਗੱਲ ਨਹੀਂ ਹੁੰਦੀ ਪਈ। ਉਹ ਵੇਖੋ ਜੀ, ਬਜ਼ੁਰਗ ਜਿਹੜੇ ਨੇ ਉਹ ਗੱਲਾਂ ਯਾਦ ਕਰਕੇ ਇਹਨਾਂ ਦਾ ਅੰਦਰ ਦਾ ਜਿਹੜਾ, ਇੰਨੇ ਭਾਵੁਕ ਹੋ ਗਏ ਨੇ, ਉਹ ਗੱਲ ਬਿਆਨ ਨਹੀਂ ਕੀਤੀ ਜਾਂਦੀ, ਕਿਉਂਕਿ ਉਹ ਗੱਲਾਂ ਯਾਦ ਕਰਕੇ ਜਿਹੜੇ ਇਹਨਾਂ ਨੂੰ ਅੱਜ ਵੀ ਰੋਣਾ ਆਉਂਦਾ ਹੈ, ਜਿਹੜਾ ਕਲੇਜਾ ਇਹਨਾਂ ਦਾ ਜਿਹੜਾ ਸੱਲ ਪਾਉਂਦਾ ਹੈ, ਅਤੇ ਇਹਨਾਂ ਨੂੰ ਇੰਨਾ ਉਹ ਅੰਦਰੋਂ ਦੁਖੀ ਹੋ ਗਏ ਨੇ ਉਹ ਯਾਦਾਂ, ਉਹ ਗੱਲਾਂ ਕਰਕੇ, ਅਤੇ ਇਹਨਾਂ ਤੋਂ ਅੱਜ ਇਹ ਗੱਲ ਕਹਿੰਦੇ ਨੇ ਵੀ ਮੇਰੇ ਤੋਂ ਹੁਣ ਗੱਲ ਨਹੀਂ ਹੋ ਰਹੀ। ਅਤੇ ਸੋ ਇਹੋ ਜਿਹੀਆਂ ਬਹੁਤ ਗੱਲਾਂ ਨੇ, ਬਹੁਤ ਬਜ਼ੁਰਗਾਂ ਨਾਲ ਇਹੋ ਜਿਹੀਆਂ ਕਹਾਣੀਆਂ ਵਾਪਰੀਆਂ ਜਿਹੜੀਆਂ ਆਪਾਂ ਬਿਆਨ ਨਹੀਂ ਕਰ ਸਕਦੇ। ਅੱਛਾ, ਇੱਕ ਪਾਸੇ ਇਹ ਮੇਰੇ ਚਾਚਾ ਜੀ ਨੇ, ਇਹਨਾਂ ਤੋਂ ਥੋੜ੍ਹਾ ਬਹੁਤਾ ਪੁੱਛ ਰਿਹਾ, ਤੁਹਾਡਾ ਇਹਨਾਂ ਦਾ ਖੈਰ ਜਨਮ ਇਹਨਾਂ ਦਾ ਤਾਂ ਬਾਅਦ 'ਚ ਹੋਇਆ, ਰਾਹ 'ਚ ਹੀ ਹੋਇਆ ਇਹਨਾਂ ਦਾ ਜਨਮ, ਅਤੇ ਤੁਹਾਨੂੰ ਕੋਈ ਕਿਸੇ ਗੱਲ ਦਾ ਪਤਾ ਹੋਵੇ ਜਾਂ ਤੁਹਾਨੂੰ ਬਜ਼ੁਰਗਾਂ ਨੂੰ ਕਿਸੇ ਬਜ਼ੁਰਗਾਂ ਨੇ ਦੱਸਿਆ? ਅੱਛਾ, ਤੁਹਾਡਾ ਜਨਮ 73 ਦਾ ਹੈ, ਤੁਹਾਨੂੰ ਕੋਈ ਪਤਾ ਨਹੀਂ ਹੈ? ਹਾਂ, ਤੁਹਾਡਾ ਜਨਮ 73 ਦਾ ਹੋਊਗਾ। ਅੱਛਾ, ਇਹ ਜਿਹੜੇ ਬਜ਼ੁਰਗ ਸਨ, ਇਹਨਾਂ ਦੀ ਉਮਰ ਤਕਰੀਬਨ ਉਦੋਂ 12-13 ਸਾਲ ਸੀ, ਜ਼ਿਆਦਾ ਦੱਸਦੇ ਨੇ, ਇਹਨਾਂ ਨੂੰ ਪੂਰੀ ਸੰਭਾਲ ਹੈ, 15 ਸਾਲ ਤੋਂ ਉੱਪਰ ਹੀ ਉਮਰ ਸੀ ਇਹਨਾਂ ਦੀ, ਅਤੇ ਇਹਨਾਂ ਨੂੰ ਉਸ ਟਾਈਮ ਦੀ ਪੂਰੀ ਸੰਭਾਲ ਹੈ। ਇਹਨਾਂ ਨੂੰ ਇੱਕ ਇੱਕ ਗੱਲ ਦਾ ਪਤਾ ਜੀ, ਜਿਵੇਂ ਨਿਕਲੇ ਆ, ਜੋ ਜੋ ਇਹਨਾਂ ਦੇ ਹੱਡਾਂ ਨਾਲ ਬੀਤੀਆਂ ਨੇ, ਉਹ ਗੱਲਾਂ ਇਹਨਾਂ ਨੂੰ ਅੱਜ ਵੀ ਇੱਕ ਸੁਪਨੇ ਦੇ ਵਾਂਗੂ, ਹਕੀਕਤ ਦੇ ਵਾਂਗੂ ਇਹਨਾਂ ਦੇ ਹੱਡਾਂ ਦੇ ਉੱਤੇ ਘੁੰਮ ਰਹੀਆਂ ਨੇ। ਅਤੇ ਸੋ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਸੀ ਕਿ ਉਹਨਾਂ ਬਜ਼ੁਰਗਾਂ ਦੇ ਨਾਲ ਤੁਹਾਡਾ ਰਾਬਤਾ ਕਰਾਈਏ, ਰੂਬਰੂ ਕਰਾਈਏ, ਜਿਨ੍ਹਾਂ ਨੇ ਉਹ ਹਕੀਕਤ, ਉਹ ਦੁੱਖ ਆਪਣੇ ਹੱਡਾਂ 'ਤੇ ਹੰਡਾਇਆ। ਅਤੇ ਮੈਂ ਅੱਜ ਇਹ ਤਾਇਆ ਜੀ ਨਾਲ ਇਹ ਇੰਟਰਵਿਊ ਕਰਕੇ ਅਤੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਣਾ ਵਾਂ, ਕਿਉਂਕਿ ਇਹ ਇੱਕ ਸਾਡਾ ਸਰਮਾਇਆ ਨੇ ਜੋ ਕਿ ਵਕਤ ਦੇ ਨਾਲ ਅਲੋਪ ਹੁੰਦੇ ਜਾ ਰਹੇ ਨੇ। ਸੋ ਅੱਜ ਸਬੱਬ ਬਣਿਆ ਸੀ, ਬਹੁਤ ਦਿਨਾਂ ਤੋਂ ਬਾਅਦ ਇਹ ਤਾਇਆ ਜੀ ਸਾਨੂੰ ਮਿਲੇ ਸਨ, ਕਿਉਂਕਿ ਸਾਡੇ ਤੋਂ ਥੋੜ੍ਹਾ ਜਿਹਾ ਦੂਰ ਰਹਿੰਦੇ ਨੇ, ਇਸ ਕਰਕੇ ਇਹਨਾਂ ਦਾ ਸਬੱਬ ਬਣਿਆ ਇੱਥੇ ਆਉਣ ਦਾ। ਅਤੇ ਇਹ ਮੈਂ ਕੋਸ਼ਿਸ਼ ਕੀਤੀ ਵੀ ਇਹ ਇੱਕ ਜਿਹੜਾ ਖਜ਼ਾਨਾ ਹੈ, ਇਹ ਖਜ਼ਾਨਾ ਹੀ ਕਹਿ ਸਕਦੇ ਹਾਂ ਆਪਾਂ, ਜੋ ਇਹਨਾਂ ਦੇ ਨਾਲ ਜਿਹੜੀਆਂ ਇਹਨਾਂ ਦੀਆਂ ਗੱਲਾਂ ਸਾਂਝਾਂ ਨੇ, ਜਿਹੜੀਆਂ ਇਹਨਾਂ ਦੀਆਂ ਯਾਦਾਂ ਨੇ, ਉਹਨਾਂ ਨੂੰ ਇੱਕ ਕੈਮਰੇ ਦੀ ਅੱਖ ਦੇ ਵਿੱਚ ਅਸਾਂ ਪਾਉਣ ਦਾ ਯਤਨ ਕੀਤਾ ਜੀ। ਸੋ ਬਾਪੂ ਦੇ ਜੋ ਅੰਦਰ ਦੀਆਂ ਭਾਵਨਾਵਾਂ ਨੇ, ਉਹ ਕਹਿੰਦੇ ਆ ਇਹਨਾਂ ਨੂੰ ਬਹੁਤ ਤਕਲੀਫ ਵੀ ਹੋਈ ਹੈ, ਦੁੱਖ ਵੀ ਹੋਇਆ ਹੈ। ਸੋ ਇਹ ਇੰਨੇ ਭਾਵੁਕ ਹੋ ਗਏ ਨੇ ਕਿ ਉਹ ਗੱਲਾਂ ਬਿਆਨ ਨਹੀਂ ਕਰ ਸਕਦੇ। ਸੋ ਮੈਂ ਅੱਜ ਦਾ ਇੰਟਰਵਿਊ ਜਿਹੜਾ ਹੈ ਇੱਥੇ ਹੀ ਰੋਕ ਰਿਹਾ ਵਾਂ। ਸੋ ਸਾਰੇ ਦੋਸਤਾਂ ਤੋਂ ਮੈਂ ਅਲਵਿਦਾ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਵਾਂ, ਜਿੰਨੇ ਵੀ ਮੇਰੇ ਪਾਕਿਸਤਾਨੀ, ਹਿੰਦੁਸਤਾਨੀ ਜਿੰਨੇ ਵੀ ਦੋਸਤ ਨੇ, ਸਭ ਨੂੰ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਖੁਦਾ ਹੱਸਦੇ ਰਹੋ, ਵੱਸਦੇ ਰਹੋ, ਸਭ ਨੂੰ ਸਤਿ ਸ਼੍ਰੀ ਅਕਾਲ।